ਕਿਉਂਕਿ ਜਦੋਂ ਨਾ ਰਾਈਟਰ ਲਿਖਦਾ ਉਹਦੇ ਨਾ ਜਹਿਨ 'ਚ ਸਾਰਾ ਕੁਛ ਹੁੰਦਾ, ਉਹਦੇ ਦਿਮਾਗ 'ਚ ਨਾ ਉਹ ਕਰੈਕਟਰ ਜਦੋਂ ਮਤਲਬ ਕਲਮ ਨਾਲ ਤਾਰਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਇਹ ਇੱਦਾਂ ਦਾ। ਕਈ ਵਾਰ ਹੋਰ ਡਾਇਰੈਕਟਰ ਹੋਊਗਾ ਉਹ ਨਹੀਂ ਫੜ ਪਾਉਂਦਾ, ਜਾਂ ਆਪਸ਼ਨ ਆ ਜਾਂਦੀ ਵੀ ਯਾਰ ਇਹਨੂੰ ਨਹੀਂ ਤਾਂ ਇਹਨੂੰ ਲੈ ਲਓ ਨਾ, ਉੱਥੇ ਕਿਤੇ ਨਾ ਕਿਤੇ ਕੰਪਰੋਮਾਈਜ਼ ਮੈਨੂੰ ਲੱਗਦਾ ਵੀ ਹੁੰਦਾ ਹੈ ਨਾ ਸਕ੍ਰਿਪਟ ਨਾਲ। ਅਤੇ ਮੁੰਡਾ ਸਾਨੂੰ ਇੱਕ ਸਾਊ ਜਿਹਾ ਚਾਹੀਦਾ ਤਾ ਵੀ ਕਿਹਨੂੰ, ਉਹ ਆਪਸ਼ਨਸ ਹੈਗੇ ਨੇ ਸਾਡੇ ਕੋਲ। ਪਰ ਮੈਨੂੰ ਜਦੋਂ ਬੱਬਲ ਵੀਰੇ ਬਾਰੇ ਦੱਸਿਆ ਕਿਸੇ ਨੇ, ਮੈਨੂੰ ਲੱਗਿਆ ਵੀ ਯਾਰ ਹਾਂ ਵੀ ਵੀਰੇ ਦਾ ਨਾ ਵਧੀਆ ਮਾਹੌਲ ਜਿਹਾ ਜਿੱਦਾਂ ਚਾਹੀਦਾ। ਅਤੇ ਵੀਰੇ ਨਾਲ ਗੱਲ ਹੋਈ ਹੈ ਬਾਹਰ 'ਤੇ, ਅਤੇ ਇਹਨਾਂ ਨੂੰ ਮੈਂ ਆਨਲਾਈਨ ਸੁਣਾਈ ਫੋਨ 'ਤੇ ਹੀ, ਅਤੇ ਕਹਿੰਦੇ ਯਾਰ ਤਾਂ ਸੋਹਣਾ ਸਬਜੈਕਟ ਆ ਵੀ ਆਪਾਂ ਇਹਨੂੰ ਕਰੂੰਗਾ। ਸੀਨੀਅਰ ਬੰਦੇ ਨੂੰ ਸਮਝਾਉਣਾ ਉਹ ਮੇਰੇ ਹਿਸਾਬ ਨਾਲ ਤਰੀਕਾ ਤੁਹਾਨੂੰ ਸਹੀ ਆਉਣਾ ਚਾਹੀਦਾ ਦੱਸਣ ਦਾ, ਕਿਉਂਕਿ ਆਰਟਿਸਟ ਤਾਂ ਕਹਿੰਦੇ ਨੇ ਕਠਪੁਤਲੀ ਆ, ਉਹਨੂੰ ਤਾਂ ਜਿੱਦਾਂ ਨੂੰ ਮਰਜ਼ੀ ਨਹੀਂ ਚਾਹੀਦਾ। ਹੁਣ ਤੋਂ ਉਹ ਤੁਹਾਡਾ ਨਚਾਉਣਾ ਸਹੀ ਹੈ ਜਾਂ ਨਹੀਂ ਉਹ ਡਾਇਰੈਕਟਰ 'ਤੇ ਡਿਪੈਂਡ ਕਰਦਾ, ਕਿਉਂਕਿ ਜਦੋਂ ਨਾ ਜ਼ਿਆਦਾ ਆਰਟਿਸਟ ਹੁੰਦੇ ਆ ਤਾਂ ਫਿਰ ਇਹ ਵੀ ਬੜਾ ਪੰਗਾ ਹੁੰਦਾ ਇੱਕ ਦੂਜੇ ਦੀਆਂ ਲਾਈਨਾਂ ਹੈ ਨਾ, ਵੀ ਹਰ ਬੰਦੇ ਨੂੰ ਹੁੰਦਾ ਵੀ ਮੈਂ ਦੋ ਵੱਧ ਬੋਲਦਾ ਜਾਂ ਮੈਂ ਇਹ। ਜਦੋਂ ਤੁਸੀਂ ਕਾਫੀ ਸਾਰੇ ਆਰਟਿਸਟ ਨਾਲ ਇਕੱਠੇ ਨਾਲ ਕੰਮ ਕਰਦੇ ਤਾਂ ਕਿਤੇ ਨਾ ਕਿਤੇ ਫੇਸ ਕਰਨੀ ਪੈਂਦੀ ਹੈ ਚੀਜ਼। ਹਾਂ ਮੈਨੇਜ ਵੀ ਤੁਹਾਨੂੰ ਜਦੋਂ ਡਾਇਲੋਗ ਲੈ ਜਾਂਦਾ ਇੱਕ ਅੱਧੀ ਲਾਈਨ ਉਹਨੂੰ ਲੱਗਦਾ ਵੀ ਯਾਰ ਮੈਂ ਆਹ ਬੋਲੀ ਲੈਣਾ ਐਂਡ 'ਤੇ, ਮੈਂ ਉੱਥੇ ਕਈ ਵਾਰ ਅੜ ਜਾਂਦਾ। ਪਰ ਜਿਹੜੀ ਚੀਜ਼ ਵਧੀਆ ਉਹਨੂੰ ਮੈਂ ਕਹਿਣਾ ਵੀ ਹਾਂ ਇਹਨੂੰ ਕਰੋ। ਮੈਨੂੰ ਹੁਣ ਵੀ ਕਹਿੰਦੇ ਰਹਿੰਦੇ ਵੀ ਯਾਰ ਤੂੰ, ਤੇਰੇ ਸਬਜੈਕਟ ਵਧੀਆ ਹੁੰਦੇ ਆ ਪਰ ਤੂੰ ਵੱਡਾ ਸਟਾਰ ਲੈ ਕੇ ਨਹੀਂ ਕਰਦਾ, ਅਤੇ ਮੈਨੂੰ ਲੱਗਦਾ ਵੀ ਯਾਰ ਮੈਂ ਸ਼ਾਇਦ ਉਹਨਾਂ ਕੋਲ ਜਾ ਹੀ ਨਹੀਂ ਪਾਉਂਦਾ ਹੈ ਨਾ ਸਬਜੈਕਟ। ਮੈਨੂੰ ਹੁੰਦਾ ਵੀ ਜਦੋਂ ਖੜੇ ਹੋਊਗੇ ਨਾ ਆਪਣੇ ਸਿਰ 'ਤੇ ਹੋਊਗੇ ਹੈ ਨਾ। ਮੈਂ ਕਿਸੇ ਨੂੰ ਸਟੋਰੀ ਸੁਣਾਈ ਕੋਈ ਅਤੇ ਮਹਾਂ ਭਾਅ ਜੀ ਵੀ ਆਹ ਫਿਲਮ ਆ, ਉਹ ਕਹਿੰਦਾ ਵੀ ਯਾਰ ਵੀ ਸਹੀ ਆ, ਥੋੜ੍ਹੀ ਜਿਹੀ ਲੂਜ਼ ਲੱਗਦੀ ਆ ਵੀ ਆਪਾਂ ਇਹਨੂੰ ਇੱਦਾਂ ਇੱਦਾਂ ਆਇਆ ਕਰਕੇ ਸੈੱਟ ਕਰ ਸਕਦੇ। ਬਾਬਾ ਜੀ ਮੈਂ ਸੈੱਟ ਤਾਂ ਕਰੂੰਗਾ ਜੇ ਮੈਨੂੰ ਪਸੰਦ ਆਈ, ਜੇ ਮੈਨੂੰ ਨਹੀਂ ਪਸੰਦ ਆਈ ਮੈਂ ਨਹੀਂ ਸੈੱਟ ਕਰੂੰਗਾ, ਫਿਰ ਆਹੀ ਫਿਲਮਾਂ ਕਰਨੀ ਠੀਕ ਆ, ਨਹੀਂ ਕਰਨੀ ਕੋਈ ਚੱਕਰ ਨਹੀਂ। ਅਤੇ ਉਹਨਾਂ ਨੇ ਫਿਰ ਉਹਨੇ ਦੇਖੇ ਵੀ ਤਾਂ ਸਿੱਧਾ ਹੀ ਉਹਨਾਂ ਨੇ ਜਵਾਬ ਦਿੱਤਾ ਆਪਾਂ ਬਣਾ ਲਈ ਬਾਅਦ 'ਚ। ਮੈਨੂੰ ਲੱਗਦਾ ਪੰਜਾਬ 'ਚ ਜਾਂ ਕਮੇਡੀ ਚੱਲਦੀ ਜਾਂ ਐਕਸ਼ਨ ਚੱਲਦਾ ਜਾਂ ਲਵ ਸਟੋਰੀ, ਇਹ ਤਿੰਨ ਹੀ ਫਾਰਮੂਲੇ ਆ। ਉਹ ਚੌਥਾ ਮੈਨੂੰ ਨਹੀਂ ਲੱਗਦਾ ਕੋਈ ਹਿੱਟ ਹੋਇਆ ਹੋਊਗਾ, ਕੋਈ ਐਕਸਪੈਰੀਮੈਂਟ ਹੈ ਨਾ ਆਪਾਂ ਭੂਤਾਂ ਦੇ ਬਣਾ ਦਈਏ ਜਾਂ ਕੁਛ ਵੀ ਬਣਾ ਦਈਏ, ਅਤੇ ਇਹੀ ਜੋਨਰ ਆਪਣਾ ਪੰਜਾਬ ਦਾ। ਕਮੇਡੀ ਬਣਾ ਦਿਉ, ਐਕਸ਼ਨ ਬਣਾ ਦਿਉ, ਜੇ ਲਵ ਸਟੋਰੀ ਵਧੀਆ ਹੀ ਬਣਾ ਦਿਉ। ਥੋੜ੍ਹੀ ਜਿਹੀ ਅੜੀ ਹੈਗੀ ਆਪਣੇ ਪੰਜਾਬੀਆਂ 'ਚ ਵੀ ਹੈਗੀ ਹੈ ਨਾ। ਮੈਂ ਤਾਂ ਡਿਸਟ੍ਰੀਬਿਊਟਰ ਨੂੰ ਵੀ ਕਹਿੰਦਾ ਉਹਨੇ ਵੀ ਯਾਰ ਚਲੋ ਇੱਕ ਨੇ ਜੇ ਪਹਿਲਾਂ ਅਨਾਊਂਸ ਕਰਤੀ ਤਾਂ ਨਾ ਉਹਦੀ ਰਿਸਪੈਕਟ ਕਰੋ ਵੀ ਯਾਰ ਕੋਈ ਗੱਲ ਨਹੀਂ ਵੀਰੇ ਤੂੰ ਕਰਤੀ, ਆਪਾਂ ਅਗਲੇ ਵੀਕ ਕਰ ਲੈਂਦੇ ਹਾਂ, ਯਾਰ ਵੀਕ ਨਾਲ ਕੋਈ ਫਰਕ ਨਹੀਂ ਪੈਂਦਾ ਹੈ ਨਾ। ਪਰ ਉਹ ਪਤਾ ਨਹੀਂ ਕਿਉਂ ਅੜਦੇ ਜਾਂ ਕਿਉਂ ਕਰਦੇ, ਮੈਨੂੰ ਸਮਝ ਨਹੀਂ ਆਉਂਦੀ। ਹੁਣ ਮਤਲਬ ਦੀ ਮੈਂ ਉੱਨੀ ਨੂੰ ਕਰਦਾ, ਮੈਂ ਜੇ ਅੜ ਜਾਂਦਾ ਵੀ ਉਹ ਸਭ ਉੱਨੀ ਨੂੰ ਕਰਨੇ ਤਾਂ ਉਹਨਾਂ ਨੇ ਉੱਨੀ ਨੂੰ ਕਰਨੀ ਸੀ, ਅਤੇ ਉਹ ਵੀ ਕਹਿੰਦੇ ਵੀ ਆਪਾਂ ਕਰਦਾ ਨੇ ਉੱਨੀ ਨੂੰ, ਮੈਂ ਨਹੀਂ ਯਾਰ ਕਿਸੇ ਨਾਲ ਨਹੀਂ ਕਰਨੀ। ਜਦੋਂ ਵੀਕ ਖਾਲੀ ਅੱਗੇ ਕੋਈ ਕਹਿੰਦੇ ਹਿੰਦੀ ਵੱਡੀ ਆ ਅੱਗੇ, ਫਿਰ ਵਾਰਨਿੰਗ 2 ਆ ਹੈ ਨਾ 2 ਨੂੰ, ਮੈਂ ਫਿਰ ਵੀ ਕੋਈ ਚੱਕਰ ਨਹੀਂ ਜੇ ਇੱਕ ਹਫ਼ਤਾ ਹੈ, ਕਿਉਂਕਿ ਇੱਕ ਵੀਕ ਦੀ ਉਹ ਫਿਲਮ ਰਹਿ ਗਈ, ਜੇ ਵਧੀਆ ਹੋਊਗੀ ਤਾਂ ਹਫ਼ਤਾ ਵੀ ਚੱਲੂਗੀ, ਅਗਲੇ ਹਫ਼ਤੇ ਆ ਵੀ ਸ਼ੋ ਲੈ ਲੂਗੀ ਹੈ ਨਾ। ਜੇ ਨਹੀਂ ਚੱਲੀ ਤਾਂ ਫਿਰ ਆਪਾਂ ਹਾਂ, ਪਰ ਆਪਾਂ ਵੀ ਕਿਸੇ ਨਾਲ ਨਹੀਂ ਹੈ ਨਾ, ਵੀ ਜਦੋਂ ਆਪਣੇ ਕੋਲ ਵੀਕ ਖਾਲੀ ਪਿਆ ਤਾਂ ਆਪਾਂ ਖਾਲੀ 'ਚ ਹੀ ਕਰੀਏ। ਦੇਸੀ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਸਿਮਰਨ ਹੰਸ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੋ 26 ਜਨਵਰੀ ਨੂੰ ਤੁਹਾਡੇ ਨੇੜੇ ਦੇ ਸਿਨੇਮਾ ਘਰਾਂ ਦੇ ਵਿੱਚ ਫਿਲਮ ਆ ਰਹੀ ਹੈ ਲੰਬੜਾਂ ਦਾ ਲਾਣਾ, ਅਤੇ ਫਿਲਮ ਦੇ ਡਾਇਰੈਕਟਰ ਅਤੇ ਫਿਲਮ ਦੇ ਰਾਈਟਰ ਤਾਜ ਹੋਰੀ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਨੇ? ਹਾਲ ਵਧੀਆ। ਅੱਛਾ ਪਹਿਲਾਂ ਮੈਨੂੰ ਇਹ ਦੱਸੋ 2024 ਕਿੰਨਾ ਕੁ ਲੱਕੀ ਹੈ, ਕਿਉਂਕਿ ਮੈਂ ਦੇਖਿਆ ਬੈਕ ਟੂ ਬੈਕ ਫਿਲਮਸ ਅਨਾਊਂਸ ਹੋਈਆਂ ਨੇ। ਹਾਂ ਚਲੋ ਕਹਿੰਦੇ ਨਹੀਂ ਹੁੰਦੇ ਮਿਹਨਤ ਰੰਗ ਲਿਆਉਂਦੀ ਬੰਦੇ ਦੀ, ਹੌਲੀ ਹੌਲੀ ਬੰਦਾ ਚੱਲਦਾ ਤੇ ਕਿਤੇ ਨਾ ਕਿਤੇ ਉਹ ਮੰਜ਼ਿਲ ਮਿਲਦੀ ਹੈ ਬੰਦੇ ਨੂੰ। ਹਾਂ ਪਰ 2024 ਵਾਕਈ ਲੱਕੀ ਹੈ, ਕਿਉਂਕਿ 3-4 ਫਿਲਮਾਂ ਹੈਗੀਆਂ ਲਾਈਨ ਅਪ ਜਿਹੜੀਆਂ 2024 'ਚ ਆਪਾਂ ਪੂਰੀਆਂ ਕਰਨੀਆਂ। ਵੈਬ ਸੀਰੀਜ਼ ਵੀ ਹੈ ਨਾ ਜੀ? ਹਾਂ। ਸੋ ਲੰਬੜਾਂ ਦਾ ਲਾਣਾ ਬਾਰੇ ਗੱਲਬਾਤ ਕਰਦੇ ਹਾਂ, ਅਤੇ ਫਿਲਮ ਦਾ ਟ੍ਰੇਲਰ ਆਲਰੇਡੀ ਆ ਚੁੱਕਿਆ ਹੈ ਨਾ, ਇੱਕ ਵੱਖਰਾ ਜਿਹਾ ਕਹਿ ਲਈਏ ਕਿ ਇੱਕ ਵਾਈਬ ਉਹਦੀ ਵੱਖਰੀ ਹੈ ਫਿਲਮ ਦੀ, ਹੈ ਨਾ। ਚਲੋ ਕਿਤੇ ਨਾ ਕਿਤੇ ਅਸੀਂ ਉੱਦਾਂ ਦੇ ਕਰੈਕਟਰਸ ਹੁੰਦੇ ਆ ਸਾਡੀਆਂ ਫਿਲਮਸ ਦੇ ਵਿੱਚ, ਬਟ ਜ਼ਰੂਰੀ ਹੁੰਦਾ ਕਿ ਉਹਦੀ ਪ੍ਰੈਜੈਂਟੇਸ਼ਨ ਕਿੱਦਾਂ ਡਿਫਰੈਂਟ ਹੁੰਦੀ ਹੈ। ਸੋ ਜਦੋਂ ਇਹ ਕੋਨਸੈਪਟ ਮਾਈਂਡ ਦੇ ਵਿੱਚ ਆਇਆ, ਉਸ ਤੋਂ ਬਾਅਦ ਸਕ੍ਰਿਪਟ ਤੋਂ ਸਕਰੀਨ ਤੱਕ ਕਿੰਨੇ ਚੇਂਜਸ ਹੋਏ ਔਰ ਕਿੱਦਾਂ ਇਹਦੀ ਜਿਹੜੀ ਬਣਤਰ ਹੈ ਪੂਰੀ ਬਣੀ? ਨਹੀਂ ਚੇਂਜਸ ਤਾਂ ਕੋਈ ਵੀ ਨਹੀਂ ਕਰਿਆ ਸੀ, ਸਹੀ ਗੱਲ ਦੱਸੀ ਹੈ ਨਾ, ਕਿਉਂਕਿ ਜਦੋਂ ਫਿਲਮ ਲਿਖੀ ਗਈ ਆ ਅਤੇ ਪਹਿਲਾਂ ਤਾਂ ਅਨੀਤਾ ਜੀ ਜਦੋਂ ਉਹ ਕਰੈਕਟਰ ਲਿਖਿਆ ਗਿਆ ਉਹਨਾਂ ਦੇ, ਮੈਂ ਪ੍ਰੋਡਿਊਸਰਸ ਨੂੰ ਵੀ ਕਿਹਾ ਵੀ ਯਾਰ ਇਹਨਾਂ 'ਚ ਅਨੀਤਾ ਦੇਵਗਨ ਜੀ ਆਉਣੇ ਚਾਹੀਦੇ ਆ। ਚਲੋ ਉਹਨਾਂ ਨਾਲ ਗੱਲ ਹੋਈ, ਉਹ ਈਜ਼ੀਲੀ ਹੈ ਨਾ ਹੋ ਗਿਆ, ਸਾਰਾ ਕੁਝ ਸੌਖਾ ਹੋ ਗਿਆ।
ਤੇ ਮੁੰਡਾ ਸਾਨੂੰ ਇੱਕ ਸਾਊ ਜਿਹਾ ਚਾਹੀਦਾ ਤਾ ਵੀ ਕਿਹਨੂੰ ਉਹ ਆਪਸ਼ਨਸ ਹੈਗੇ ਨੇ ਸਾਡੇ ਕੋਲ, ਪਰ ਮੈਨੂੰ ਜਦੋਂ ਬੱਬਲ ਵੀਰੇ ਬਾਰੇ ਦੱਸਿਆ ਕਿਸੇ ਨੇ, ਮੈਨੂੰ ਲੱਗਿਆ ਵੀ ਯਾਰ ਹਾਂ ਵੀ ਵੀਰੇ ਦਾ ਨਾ ਵਧੀਆ ਮਾਹੌਲ ਦਾ ਜਿੱਦਾਂ ਚਾਹੀਦਾ। ਤੇ ਵੀਰੇ ਨਾਲ ਗੱਲ ਹੋਈ ਹੈ ਬਾਹਰ ਤੇ, ਤੇ ਇਹਨਾਂ ਨੂੰ ਮੈਂ ਵਨ ਲਾਈਨ ਸੁਣਾਈ ਫੋਨ ਤੇ ਹੀ, ਤੇ ਕਹਿੰਦੇ ਯਾਰ ਤਾਂ ਸੋਹਣਾ ਸਬਜੈਕਟ ਆ ਵੀ ਆਪਾਂ ਇਹਨੂੰ ਕਰੂੰਗੇ, ਚਲੋ ਇਹ ਵੀ ਹੈ ਨਾ ਸੁਣਨ ਤੋਂ ਬਾਅਦ ਮੰਨ ਗਏ। ਫਿਰ ਜਾਸਰ ਇੱਕ ਬੜਾ ਭਰਾ ਚਾਹੀਦਾ ਤਾ ਜਿਹੜਾ ਫੌਜੀ ਆ, ਤੇ ਜਦੋਂ ਜਾਸਰ ਨੂੰ ਵੀ ਸੁਣਾਈ ਗਈ, ਮਤਲਬ ਸਾਰੇ ਮੰਨ ਗਏ ਜਿਹਨੂੰ ਜਿਹਨੂੰ ਦੱਸੀ ਗਈ ਹੈ ਨਾ ਸੁੱਖੀ ਚਾਲ ਭਾਜੀ ਬਾਹਰ ਤੇ ਆਸਟ੍ਰੇਲੀਆ, ਮੈਂ ਭਾਜੀ ਵੀ ਆਪਾਂ ਫਿਲਮ ਸ਼ੁਰੂ ਕਰਨੀ ਵੀ ਆਉਣਾ ਪੈਣਾ, ਚਲੋ ਉਹਨਾਂ ਦਾ ਵੀ ਟਾਈਮ ਮਿਲ ਗਿਆ ਰੋਣੀ ਸਾਹਿਬ ਦਾ ਵੀ ਵੀ ਜੋ ਜੋ ਸੋਚਿਆ ਗਿਆ ਤਾਂ ਫਿਲਮ ਲਈ। ਫਿਰ ਸੰਘਾ ਸਾਹਿਬ ਤੇ ਅੜ ਗਈ ਕਰਾਰੀ ਹੈ ਬਿਜ਼ੀ ਤੇ, ਤੇ ਮੈਂ ਕਿਹਾ ਭਾਜੀ ਜੇ ਦੋ ਤਿੰਨ ਦਿਨ ਦੋ ਵੀ, ਪਰ ਤੁਹਾਡਾ ਹੀ ਕਰੈਕਟਰ ਹੈ ਨਾ ਉਹ ਜਿਹੜਾ ਸਾਧੂ ਵਾਲਾ ਵਿੱਚ ਹੈਗਾ, ਤੇ ਭਾਜੀ ਨੇ ਵੀ ਕੱਢੇ ਦਿਨ ਉਹ, ਤੇ ਮੈਨੂੰ ਬੜਾ ਫਿਰ ਮੈਂ ਬੜਾ ਖੁਸ਼ ਹੋਇਆ ਜਦੋਂ ਜੋ ਹੈ ਨਾ ਕਰੈਕਟਰ ਮੈਂ ਸੋਚੇ ਤੇ ਉਹ ਸਾਰੇ ਹੀ ਓਕੇ ਹੋ ਗਏ ਮੇਰੇ। ਸੋ ਕਿੰਨੀ ਕੁ ਖੁਸ਼ੀ ਹੁੰਦੀ ਜਦੋਂ ਈਵਨ ਨਾ ਉਦੋਂ ਫਿਲਮ ਬਣਾਉਣੀ ਮੈਨੂੰ ਲੱਗਦਾ ਜ਼ਿਆਦਾ ਵਧੀਆ ਹੁੰਦੀ ਹੈ ਜਾਂ ਜ਼ਿਆਦਾ ਉਹਦਾ ਵਧੀਆ ਰਿਜ਼ਲਟ ਨਿਕਲ ਕੇ ਆਉਂਦਾ ਜਦੋਂ ਰਾਈਟਰ ਹੀ ਡਾਇਰੈਕਟਰ ਹੋਵੇ, ਕਿਉਂਕਿ ਉਹ ਵਿਜ਼ਨ ਇੱਕ ਹੀ ਹੁੰਦਾ ਆ, ਹੈ ਨਾ। ਸੋ ਉਹ ਉਹ ਉਹਦਾ ਕਨਸੈਪਟ ਦੱਸੋ ਕਿ ਜਦੋਂ ਤੁਸੀਂ ਹੀ ਡਾਇਰੈਕਟ ਕਰਨੀ ਹੁੰਦੀ ਹੈ ਅਤੇ ਤੁਸੀਂ ਹੀ ਲਿਖੀ ਹੁੰਦੀ ਹੈ, ਉਹ ਚੀਜ਼ ਕਿੰਨੀ ਕੁ ਈਜ਼ੀ ਰਹਿੰਦੀ ਹੈ ਔਰ ਉਹਦਾ ਰਿਜ਼ਲਟ ਤੁਹਾਨੂੰ ਪਰਸਨਲੀ ਕਿੰਨਾ ਕੁ ਬੈਟਰ ਲੱਗਦਾ ਆ? ਦੇਖੋ ਸਭ ਤੋਂ ਸੌਖੀ ਚੀਜ਼ ਤਾਂ ਇਹ ਹੋ ਜਾਂਦੀ ਹੈ, ਕਿਉਂਕਿ ਜਦੋਂ ਨਾ ਰਾਈਟਰ ਲਿਖਦਾ ਉਹਦੇ ਨਾ ਜਹਿਨ 'ਚ ਸਾਰਾ ਕੁਛ ਹੁੰਦਾ ਉਹਦੇ ਦਿਮਾਗ 'ਚ ਨਾ, ਉਹ ਕਰੈਕਟਰ ਜਦੋਂ ਮਤਲਬ ਕਲਮ ਨਾਲ ਤਾਰਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਇਹ ਇੱਦਾਂ ਦਾ। ਕਈ ਵਾਰ ਹੋਰ ਡਾਇਰੈਕਟਰ ਹੋਊਗਾ ਉਹ ਨਹੀਂ ਫੜ ਪਾਉਂਦਾ, ਜਾਂ ਆਪਸ਼ਨ ਆ ਜਾਂਦੀ ਵੀ ਯਾਰ ਇਹਨੂੰ ਨਹੀਂ ਤਾਂ ਇਹਨੂੰ ਲੈ ਲਓ ਨਾ, ਉੱਥੇ ਕਿਤੇ ਨਾ ਕਿਤੇ ਕੰਪਰੋਮਾਈਜ਼ ਮੈਨੂੰ ਲੱਗਦਾ ਵੀ ਹੁੰਦਾ ਹੈ ਨਾ ਸਕ੍ਰਿਪਟ ਨਾਲ। ਪਰ ਜਦੋਂ ਇੱਕ ਰਾਈਟਰ ਲਿਖਦਾ ਅਤੇ ਉਹਨੇ ਇੱਕ ਜਿੱਦਾਂ ਕਰੈਕਟਰ ਵੀ ਮਤਲਬ ਨੀਤਾ ਦੇਵਗਨ ਤੋਂ ਬਿਨਾਂ ਮੈਂ ਦੇਖ ਹੀ ਨਹੀਂ ਸਕਦਾ ਕਿਸੇ ਹੋਰ ਨੂੰ, ਹੈ ਨਾ, ਮਤਲਬ ਯਾਰ ਵੀ ਮੈਡਮ ਨਾ ਹੋਈ ਤਾਂ ਮੇਰਾ ਸਬਜੈਕਟ ਮਰ ਜਾਣਾ, ਹੈ ਨਾ। ਅਤੇ ਪਰ ਉਹੀ ਗੱਲ ਹੋਈ ਵੀ ਜਦੋਂ ਜਿਹੜੇ ਕਰੈਕਟਰ ਲਿਖੇ ਗਏ ਅਤੇ ਜਿੱਦਾਂ ਲਿਖੇ ਗਏ ਅਤੇ ਉਹ ਸੇਮ ਮਿਲੇ ਅਤੇ ਉਹਨਾਂ ਨੇ ਜੋ ਮਤਲਬ ਉਹ ਚੀਜ਼ ਨੂੰ ਡਿਲੀਵਰ ਕਰਿਆ ਮੈਨੂੰ, ਜੋ ਪਰਫੋਰਮੈਂਸ ਉਹਨਾਂ ਨੇ ਦਿਖਾਈ ਵੀ ਕਿਆ ਬਾਤ ਆ ਨਾ, ਵੀ ਉਹ ਸੋਨੇ 'ਤੇ ਸੁਹਾਗਾ ਹੋ ਜਾਂਦਾ ਵੀ ਜੋ ਮੈਂ ਸੋਚਿਆ ਤਾਂ ਉਹਦੇ ਨਾਲੋਂ ਬਿਹਤਰ ਉਹਨਾਂ ਨੇ ਮੈਨੂੰ ਕਰਕੇ ਦਿੱਤਾ। ਤੁਹਾਡੀਆਂ ਫਿਲਮਸ ਦੇ ਨਾਮ ਡਿਫਰੈਂਟ ਹੁੰਦੇ ਆ ਅਤੇ ਮੈਂ ਜੇ ਲਾਣਾ ਵਰਡ ਦੀ ਗੱਲ ਕਰਾਂ ਪਰਟੀਕੁਲਰਲੀ, ਅਤੇ ਇਹ ਜਿਹੜਾ ਵਰਡ ਹੈ ਨਾ ਕਿਤੇ ਘੱਟਦਾ ਜਾ ਰਿਹਾ ਸੀ ਪੰਜਾਬ ਦੇ ਵਿੱਚ ਯੂਜ਼ ਹੋਣਾ, ਨਹੀਂ ਤਾਂ ਪਹਿਲਾਂ ਕਹਿੰਦੇ ਹੁੰਦੇ ਸੀ ਉਸ ਲਾਣੇ ਦਾ ਆ ਇਹ, ਹੈ ਨਾ, ਉਸ ਲਾਣੇ ਦੇ ਵੱਜਦੇ ਆ ਜਾਂ ਜੋ ਵੀ। ਅੱਜ ਕੱਲ੍ਹ ਉਹ ਚੀਜ਼ ਨਹੀਂ ਪਤਾ ਔਰ ਮੈਨੂੰ ਲੱਗਦਾ ਆ ਕਿ ਬਹੁਤ ਸਾਰੇ ਕਹਿ ਲਈਏ ਕਿ ਜਿਹੜੇ ਯੰਗ ਜਨਰੇਸ਼ਨ ਦੇ ਬੱਚੇ ਉਹਨਾਂ ਨੂੰ ਪਤਾ ਵੀ ਨਹੀਂ ਹੋਣਾ ਇਹਦਾ ਐਕਚੁਅਲ ਦੇ ਵਿੱਚ ਮੀਨਿੰਗ ਕੀ ਹੁੰਦਾ। ਇਹ ਨਾਮ ਕਿਵੇਂ ਡਿਸਾਈਡ ਹੋਇਆ ਸੀ? ਇਹ ਲੰਬੜਾਂ ਦਾ ਲਾਣਾ ਹੁਣ ਜਿੱਦਾਂ ਨਾ ਮੈਨੂੰ ਪਹਿਲਾਂ ਜਿੱਦਾਂ ਲਵਰ ਆਈ ਹੈ ਨਾ, ਫਿਰ ਪੇਂਟਰ ਆਈ ਜਾਂ ਪਿੱਛੇ ਹੁਣ ਇੱਟਾਂ ਦਾ ਘਰ ਵੀ ਲੱਗੇ ਹੋਇਆ ਸੀ। ਕੋਮੇਡੀ ਵੀ ਦੇਖੋ ਹਰ ਪ੍ਰੋਡਿਊਸਰ ਨੂੰ ਜ਼ਿਆਦਾ ਹੁੰਦਾ ਵੀ ਕੋਮੇਡੀ ਬਣਾਈ ਜਾਵੇ, ਅਤੇ ਮੈਨੂੰ ਇਹ ਤਾਂ ਵੀ ਯਾਰ ਜੇ ਮੈਂ ਲਿਖੂੰਗਾ ਜਾਂ ਮੈਂ ਬਣਾਊਂਗਾ ਤਾਂ ਉਹ ਥੋੜ੍ਹਾ ਡਿਫਰੈਂਟ ਹੋ ਗਿਆ ਨਾ, ਕਿਉਂਕਿ ਆਰਟਿਸਟ ਤਾਂ ਉਹ ਸੇਮ ਹੀ ਆ ਜਿਹੜੇ ਰਿਪੀਟ ਹੁੰਦੇ ਆ, ਅਤੇ ਮਤਲਬ ਅਜੇ ਸਾਰੇ ਹੀ ਇਹਦੇ 'ਚ ਜਿਹੜੇ ਸਾਰੇ ਫਿਲਮਾਂ ਦੇਖੇ ਹਨ, ਅਤੇ ਮੈਨੂੰ ਲੱਗਦਾ ਕੁਛ ਵੱਖਰਾ ਹੈ ਨਾ। ਅਤੇ ਜਦੋਂ ਫਿਰ ਇੱਕ ਫੈਮਿਲੀ 'ਤੇ ਕੁਛ ਡਰਾਮਾ ਲਿਖਣਾ ਤਾ ਹੈ ਨਾ, ਅਤੇ ਲਾਣਾ ਸਾਡੇ ਲਾਣਾ ਬਹੁਤ ਵੱਜਦਾ ਆਪਣੇ ਪਿੰਡਾਂ 'ਚ, ਚਲੋ ਉਰੇ ਹੁਣ ਪਤਾ ਨਹੀਂ ਵੀ ਉਹ ਫਲਾਣੇ ਲਾਣੇ ਦਾ ਉਹ ਲਾਣੇ ਦਾ, ਹੈ ਨਾ। ਅਤੇ ਉਹ ਵੈਸੇ ਬਸ ਜਹਿਨ 'ਚ ਆਇਆ ਵੀ ਲੰਬੜਾਂ ਦਾ ਲਾਣਾ, ਉਹ ਤੁੱਕ ਜੀ ਮਿਲ ਗਈ ਹੈ ਨਾ ਵੀ ਲੰਬੜਾਂ ਦਾ ਲਾਣਾ, ਅਤੇ ਉਹ ਬਸ ਇੱਕ ਹੈ ਨਾ ਜਿੱਦਾਂ ਸਕ੍ਰਿਪਟ ਹੀ ਜੁਆਇੰਟ ਫੈਮਿਲੀ 'ਤੇ ਤੀ, ਅਤੇ ਉਹ ਲੰਬੜਾਂ ਦਾ ਲਾਣਾ, ਫਿਰ ਉਹ ਟਾਈਟਲ ਬਹੁਤ ਵਧੀਆ ਫਿੱਟ ਬੈਠਿਆ ਉਸ ਸਕ੍ਰਿਪਟ 'ਤੇ। ਅਤੇ ਜਦੋਂ ਅਸੀਂ ਫਿਰ ਕਿਰਾਇਆ ਰਜਿਸਟਰ ਚਲੋ ਸਾਨੂੰ ਮਿਲ ਗਿਆ ਅਤੇ ਕੰਮ ਸ਼ੁਰੂ ਹੋ ਗਿਆ। ਅੱਛਾ, ਇੱਕ ਨਾ ਅਸੀਂ ਕਨਵਰਸੇਸ਼ਨ ਸੁਣੀ ਸੀ ਥੋੜ੍ਹੇ ਦਿਨ ਪਹਿਲਾਂ ਥੀਏਟਰ ਆਰਟਿਸਟ ਦੇ ਨਾਲ, ਜਾਂ ਉਹ ਕਹਿੰਦੇ ਆ ਕਿ ਜਦੋਂ ਕਈ ਵਾਰੀ ਕੀ ਹੁੰਦਾ ਨਾ ਜਿਹੜਾ ਡਾਇਰੈਕਟਰ ਦਾ ਥੀਏਟਰ ਦੇ ਨਾਲ ਜਾਂ ਰੰਗਮੰਚ ਨਾਲ ਜ਼ਿਆਦਾ ਸੰਬੰਧ ਨਹੀਂ ਹੁੰਦਾ, ਅਤੇ ਉਹ ਜਦੋਂ ਸੀਨ ਸਮਝਾਉਂਦੇ ਆ ਜਾਂ ਫੀਲ ਸਮਝਾਉਂਦੇ ਆ, ਉਹਨਾਂ ਨੂੰ ਉਹ ਸਿਨੇਮੈਟਿਕ ਫੀਲ ਹੈ ਜਿਹੜੀ ਜਾਂ ਜਿਹੜਾ ਸੀਨ ਦਾ ਇਮੋਸ਼ਨ ਹੈ ਉਹ ਕਈ ਵਾਰ ਸਮਝਾ ਨਹੀਂ ਪਾਉਂਦੇ ਸਹੀ ਤਰੀਕੇ, ਅਤੇ ਉਹ ਰਿਜ਼ਲਟ ਵੀ ਖਰਾਬ ਕਰਦਾ ਆ ਫਿਰ ਉਸ ਚੀਜ਼ ਦੇ। ਮੈਂ ਪੁੱਛਣਾ ਚਾਹਾਂਗੀ ਇਹਦੇ ਵਿੱਚ ਕਿੰਨੀ ਕੁ ਟੈਕਨੀਕੈਲਿਟੀ ਹੁੰਦੀ ਹੈ ਔਰ ਇਹ ਜਿਹੜਾ ਆਰਟਿਸਟ ਨੂੰ ਸਮਝਾਉਣ ਦੇ ਵੇਲੇ ਕਿੰਨਾ ਕੁ ਜ਼ਰੂਰੀ ਹੁੰਦਾ ਉਸਨੂੰ ਉਸ ਇਮੋਸ਼ਨ ਦੇ ਵਿੱਚ ਲੈ ਕੇ ਆਉਣਾ, ਜਾਂ ਤੁਸੀਂ ਇਸ ਚੀਜ਼ ਨੂੰ ਕਿਵੇਂ ਪਰਫੋਰਮ ਕਰਦੇ ਹੋ?
ਦੇਖੋ ਹਰ ਡਾਇਰੈਕਟਰ ਦਾ ਨਾ ਆਪਣਾ ਵੱਖਰਾ ਮਤਲਬ ਕੰਮ ਕਰਨ ਦਾ, ਹਰ ਬੰਦੇ ਦਾ ਵੱਖਰਾ ਤਰੀਕਾ ਹੈਗਾ ਨਾ। ਜਿੱਦਾਂ ਇਹਦੇ ਡਾਇਲੋਗ ਟਾਟੇ ਬੈਨੀਵਾਲ ਬਾਈ ਨੇ ਲਿਖੇ ਨਾ, ਡਾਇਲੋਗ ਬਹੁਤ ਸੋਹਣੇ ਲਿਖੇ ਉਹਨੇ। ਤੇ ਮੇਰਾ ਹੁੰਦਾ ਜਿੱਦਾਂ ਮੈਂ ਬੱਬਲ ਬਾਈ ਨੂੰ ਸਮਝਾਇਆ ਤੇ ਮੈਂ ਉਹਨਾਂ ਨੂੰ ਮਤਲਬ ਲਾਇਆ, ਮੈਂ ਖੁਦ ਰਾਈਟਰ ਤਾਂ ਮੈਂ ਭਾਈ ਆਹ ਸਕ੍ਰਿਪਟ ਆ, ਆਹ ਕਰੈਕਟਰ ਹੈ, ਇੰਨਾ ਉੱਪਰ ਜਾ ਸਕਦਾ, ਇੰਨਾ ਥੱਲੇ, ਹੈ ਨਾ। ਤੇ ਉਹ ਚੀਜ਼ ਨੂੰ ਉਹਨਾਂ ਨੇ ਸਮਝਿਆ, ਅਨੀਤਾ ਜੀ ਨਾਲ ਬੈਠਿਆ, ਉਹਨਾਂ ਨੂੰ ਵੀ ਜਦੋਂ ਵੀ ਮੈਡਮ ਇੱਦਾਂ। ਤੇ ਸੀਨੀਅਰ ਆਰਟਿਸਟ ਕੰਮ ਕਰਨ ਦਾ ਹੀ ਫਾਇਦਾ ਹੁੰਦਾ ਵੀ ਜੋ ਆਪਾਂ ਸਮਝਾ ਰਹੇ ਹਾਂ ਉਹ ਚੀਜ਼ ਨੂੰ ਛੇਤੀ ਫੜ ਲੈਂਦਾ, ਹੈ ਨਾ, ਵੀ ਉਹ ਕਰੈਕਟਰ ਨੂੰ ਫੜਦਾ। ਸੁੱਖੀ ਚੱਲ ਭਾਜੀ ਉਹ ਕਮਾਲ ਹੀ ਕਰਦੇ ਨੇ, ਹੈ ਨਾ, ਐਕਟਰ ਅਤਰੀ ਬਾਈ ਨੇ ਵੀ ਬਹੁਤ ਕਮਾਲ ਕਰੇ, ਸੰਘਾ ਭਾਜੀ ਨੇ। ਤੇ ਮਤਲਬ ਸੌਖਾ ਹੋ ਜਾਂਦਾ ਸੀਨੀਅਰ ਬੰਦੇ ਨੂੰ ਸਮਝਾਉਣਾ, ਉਹ ਮੇਰੇ ਹਿਸਾਬ ਨਾਲ ਤਰੀਕਾ ਤੁਹਾਨੂੰ ਸਹੀ ਆਉਣਾ ਚਾਹੀਦਾ ਦੱਸਣ ਦਾ, ਕਿਉਂਕਿ ਆਰਟਿਸਟ ਤਾਂ ਕਹਿੰਦੇ ਨੇ ਕਠਪੁਤਲੀ ਆ, ਉਹਨੂੰ ਤਾਂ ਜਿੱਦਾਂ ਨੂੰ ਮਰਜ਼ੀ ਨਚਾਈ ਜਾਓ, ਹੁਣ ਤਾਂ ਉਹ ਤੁਹਾਡਾ ਨਚਾਣਾ ਸਹੀ ਹੈ ਜਾਂ ਨਹੀਂ ਉਹ ਡਾਇਰੈਕਟਰ ਤੇ ਡਿਪੈਂਡ ਕਰਦਾ। ਇਸ ਤੋਂ ਮੈਨੂੰ ਇੱਕ ਚੀਜ਼ ਯਾਦ ਆਉਂਦੀ ਹੈ ਕਿ ਇੱਕ ਹੁੰਦਾ ਡਾਇਰੈਕਟਰ ਸੈਕਟਰ, ਇੱਕ ਹੁੰਦਾ ਹੈ ਕਿ ਜਿਹਨੇ ਇੰਪਰੋਵਾਈਜੇਸ਼ਨ ਕਰਨੀ ਆ, ਜਾਂ ਫਿਰ ਜਿਹਨਾਂ ਦਾ ਕ੍ਰੀਏਟਿਵ ਇਨਵੋਲਵਮੈਂਟ ਰਹਿੰਦੀ ਹੀ ਆ ਫਿਲਮਸ ਦੇ ਵਿੱਚ। ਸੋ ਅਤਾਜ ਨੂੰ ਪਰਸਨਲੀ ਕਿਹੜੇ ਐਕਟਰਸ ਦੇ ਨਾਲ ਕੰਮ ਕਰਨਾ ਜ਼ਿਆਦਾ ਪਸੰਦ ਆ, ਜਾਂ ਤੁਹਾਡੇ ਅਕੋਰਡਿੰਗਲੀ ਕਿਵੇਂ ਦੇ ਐਕਟਰਸ ਨੂੰ ਹੋਣਾ ਚਾਹੀਦਾ ਆ, ਫਿਰ ਚਾਹੇ ਉਹ ਸੀਨੀਅਰ ਹੋਣ ਜਾਂ ਫਿਰ ਯੰਗਸਟਰਸ ਹੋਣ, ਤੁਹਾਨੂੰ ਕੀ ਲੱਗਦਾ ਕਿ ਡਾਇਰੈਕਟਰ ਸੈਕਟਰ ਹੋਣਾ ਜ਼ਰੂਰੀ ਹੈ ਕਿ ਕਿਤੇ ਨਾ ਕਿਤੇ ਉਹ ਇਨਵੋਲਵਮੈਂਟ ਹੋਣੀ ਵੀ ਜ਼ਰੂਰੀ ਹੈ? ਨਹੀਂ, ਇੰਪਰੋਵਾਈਜ਼ ਮੈਂ ਕਰ ਨਹੀਂ ਦਿੰਦਾ, ਮੈਂ ਉਦੋਂ ਹੀ ਕਰਨ ਦਿੰਦਾ ਜਦੋਂ ਚੀਜ਼ ਸਹੀ ਹੋਵੇ। ਉਹਦੇ ਫਿਰ ਸਾਹਮਣੇ ਜਿੱਡਾ ਵੱਡਾ ਆਰਟਿਸਟ ਹੋ ਗਿਆ ਨਾ, ਮੈਂ ਦੱਸ ਜਾਣਾ ਉਹ ਚੀਜ਼ ਤੇ। ਆਹੀ ਸਾਰੇ ਕਹਿੰਦੇ ਵੀ ਤੂੰ ਸਿੱਧਾ ਜਾਈ ਆ ਨਾ, ਵੀ ਜੇ ਮੈਨੂੰ ਪਸੰਦ ਆਉਂਦੀ ਹੈ ਚੀਜ਼ ਮੈਂ ਲਿਖੀ ਆ ਫਿਲਮ, ਮੈਨੂੰ ਪਸੰਦ ਆਉਂਦੀ ਹੈ, ਮੈਂ ਕਹਿੰਦਾ ਭਾਜੀ ਬਹੁਤ ਵਧੀਆ ਇਹਨੂੰ ਕਰ ਲੈਂਦੇ ਹਾਂ ਜੇ, ਕਿਉਂਕਿ ਜਦੋਂ ਨਾ ਜ਼ਿਆਦਾ ਆਰਟਿਸਟ ਹੁੰਦੇ ਆ ਤਾਂ ਫਿਰ ਇਹ ਵੀ ਬੜਾ ਪੰਗਾ ਹੁੰਦਾ ਇੱਕ ਦੂਜੇ ਦੀਆਂ ਲਾਈਨਾਂ, ਹੈ ਨਾ, ਵੀ ਹਰ ਬੰਦੇ ਨੂੰ ਹੁੰਦਾ ਵੀ ਮੈਂ ਦੋ ਵੱਧ ਬੋਲਦਾ ਜਾਂ ਮੈਂ ਇਹ। ਜਦੋਂ ਤੁਸੀਂ ਕਾਫੀ ਸਾਰੇ ਆਰਟਿਸਟ ਨਾਲ ਇਕੱਠੇ ਨਾਲ ਕੰਮ ਕਰਦੇ ਤਾਂ ਕਿਤੇ ਨਾ ਕਿਤੇ ਫੇਸ ਕਰਨੀ ਪੈਂਦੀ ਹੈ ਚੀਜ਼। ਹਾਂ, ਮੈਨੇਜ ਵੀ ਤੁਹਾਨੂੰ ਜਦੋਂ ਡਾਇਲੋਗ ਲਿਆ ਜਾਂਦਾ ਇੱਕ ਅੱਧੀ ਲਾਈਨ ਉਹਨੂੰ ਲੱਗਦਾ ਵੀ ਯਾਰ ਮੈਂ ਆਹ ਬੋਲ ਹੀ ਲੈਣਾ ਐਂਡ, ਤੇ ਮੈਂ ਉੱਥੇ ਕਈ ਵਾਰ ਅੜ ਜਾਂਦਾ, ਪਰ ਜਿਹੜੀ ਚੀਜ਼ ਵਧੀਆ ਉਹਨੂੰ ਮੈਂ ਕਹਿਣਾ ਵੀ ਹਾਂ ਇਹਨੂੰ ਕਰੋ। ਜੀ, ਅੱਛਾ, ਤਾਜ ਦਾ ਹਾਲੇ ਤੱਕ ਕਿਹੜੇ ਐਕਟਰ ਦੇ ਨਾਲ ਕੰਮ ਕਰਨ ਦਾ ਸੁਪਨਾ ਹੈ ਕਿ ਹਾਂ ਮੈਂ ਇਸ ਬੰਦੇ ਨਾਲ ਕੰਮ ਕਰਨਾ ਜਾਂ ਇਹਨੂੰ ਮੈਂ ਡਾਇਰੈਕਟ ਜ਼ਰੂਰ ਕਰਨਾ ਚਾਹੁੰਦਾ ਹਾਂ? ਮੇਰਾ ਸੁਪਨਾ ਨਹੀਂ ਕਿਸੇ ਨਾਲ ਹੈਗਾ, ਹੈ ਨਾ। ਮੇਰਾ ਸੁਪਨਾ, ਮੈਂ ਬਸ ਇਹ ਆ ਵੀ ਤਾਜ ਇੱਕ ਵਧੀਆ ਡਾਇਰੈਕਟਰ ਤੇ ਵਧੀਆ ਰਾਈਟਰ ਵਜੋਂ ਜਾਣਿਆ ਜਾਵੇ। ਮੇਰਾ ਸੁਪਨਾ ਮੇਰੇ ਨਾਲ ਹੀ ਆ, ਐਕਟਰਸ ਚਾਹਣ ਕਿ ਅਸੀਂ ਤਾਜ ਨਾਲ ਕੰਮ ਕਰੀਏ। ਮੈਨੂੰ ਹੁਣ ਵੀ ਕਹਿੰਦੇ ਰਹਿੰਦੇ ਵੀ ਯਾਰ ਤੂੰ, ਤੇਰੇ ਸਬਜੈਕਟ ਵਧੀਆ ਹੁੰਦੇ ਆ ਪਰ ਤੂੰ ਵੱਡਾ ਸਟਾਰ ਲੈ ਕੇ ਨਹੀਂ ਕਰਦਾ, ਤੇ ਮੈਨੂੰ ਲੱਗਦਾ ਵੀ ਯਾਰ ਮੈਂ ਸ਼ਾਇਦ ਉਹਨਾਂ ਕੋਲ ਜਾ ਹੀ ਨਹੀਂ ਪਾਉਂਦਾ, ਹੈ ਨਾ, ਸਬਜੈਕਟ। ਮੈਨੂੰ ਹੁੰਦਾ ਵੀ ਜਿੱਦਣ ਖੜੇ ਹੋਗੇ ਨਾ ਆਪਣੇ ਸਿਰ ਤੇ ਹੋਗੇ, ਹੈ ਨਾ, ਤੇ ਮੇਰਾ ਸੁਪਨਾ ਇਹ ਵੀ ਲੋਕਾਂ ਦਾ ਸੁਪਨਾ ਹੋਵੇ ਤਾਜ ਨਾਲ ਕੰਮ ਕਰਨਾ, ਆਪਣਾ ਤੇ ਇਹ ਚੱਲਦਾ ਪਿਆ, ਬਾਕੀ ਦੇਖੋ। ਅੱਛਾ, ਇੱਕ ਗੱਲ ਇਹ ਵੀ, ਆਈ ਡੋਂਟ ਨੋ ਕਿ ਇਹ ਸੱਚ ਆ ਕਿ ਨਹੀਂ, ਹਾਲੇ ਤੱਕ ਮੇਰਾ ਵਾਹ ਨਹੀਂ ਪਿਆ ਇਸ ਇੰਡਸਟਰੀ 'ਚ ਇੰਨਾ, ਕਿ ਜਿਹੜੇ ਐਕਟਰਸ ਬਹੁਤ ਵੱਡੇ ਸਟਾਰ ਹੁੰਦੇ ਆ, ਲਾਈਕ ਜਿਵੇਂ ਤੁਸੀਂ ਕਿਹਾ ਕਿ ਮੈਂ ਇੰਪਰੋਵਾਈਜ਼ ਨਹੀਂ ਕਰਨ ਦਿੰਦਾ, ਬਟ ਉਹਨਾਂ ਦੀ ਕ੍ਰੀਏਟਿਵ ਇਨਵੋਲਵਮੈਂਟ ਰਹਿੰਦੀ ਆ ਕਿਤੇ ਨਾ ਕਿਤੇ। ਸੋ ਇਨ ਫਿਊਚਰ ਜੇਕਰ ਇੱਦਾਂ ਹੁੰਦਾ ਆ ਤਾਂ ਤੁਸੀਂ ਉਸ ਆਪਣਾ ਜਿਹੜਾ ਤੁਹਾਨੂੰ ਕਿਸੇ ਵੱਡੇ ਸਟਾਰ ਨਾਲ ਕੰਮ ਕਰਨ ਦਾ ਮੌਕਾ ਮਿਲਦਾ ਆ, ਜਾਂ ਤੁਸੀਂ ਉਹਦੇ ਕੋਲ ਸਕ੍ਰਿਪਟ ਲੈ ਕੇ ਆਉਂਦੇ ਆ, ਜਾਂ ਉਹ ਬੰਦਾ ਤੁਹਾਡੇ ਕੋਲ ਆਉਂਦਾ ਆ, ਅਤੇ ਉਹ ਜਿਹੜਾ ਤੁਹਾਡਾ ਇੱਕ ਅਸੂਲ ਬਣਿਆ ਹੋਇਆ ਕਿ ਮੈਂ ਇੰਪਰੋਵਾਈਜ਼ ਘੱਟ ਕਰਨ ਦੇਣਾ ਆ, ਉਹਨੂੰ ਕਿਤੇ ਨਾ ਕਿਤੇ ਤੋੜੋਂਗੇ, ਹਿਲਾਓਗੇ ਜੇ ਕੋਈ ਆਰਟਿਸਟ ਇੱਦਾਂ ਦਾ ਹੋਵੇ? ਨਹੀਂ ਦੇਖੋ, ਹੁਣ ਮੈਂ ਇੱਟਾਂ ਦਾ ਘਰ ਸ਼ੂਟ ਕਰ ਰਿਹਾ, ਗੁਰਪ੍ਰੀਤ ਘੁੱਗੀ ਭਾਅ ਜੀ ਹੈਗੇ ਉਹਦੇ 'ਚ, ਹੈ ਨਾ, ਲੀਡ ਬੱਬਲ ਵੇਰਾ ਵੀ ਹੈਗਾ। ਹੁਣ ਉਹ ਬੰਦੇ ਤੋਂ ਮੈਨੂੰ ਬਹੁਤ ਕੁਛ ਸਿੱਖਣ ਨੂੰ ਮਿਲ ਰਿਹਾ, ਉਹ ਪਾਸਿੰਗ ਵੀ ਦੇਖ ਲੈਂਦਾ ਪਿੱਛੇ ਵੀ, ਤਾਜ਼ਾ ਕੰਟੀਨਿਊਟੀ ਨਹੀਂ ਹੈਗੀ, ਹੈ ਨਾ, ਵੀ ਉਹਨਾਂ ਦੀ ਜੋ ਉਹਨਾਂ ਦਾ ਐਕਸਪੀਰੀਅੰਸ ਆ, ਜੋ ਉਹਨਾਂ ਨੇ ਅੱਜ ਤੱਕ ਕੰਮ ਕਰਿਆ, ਮੈਂ ਕਹਿੰਦਾ ਨਾ ਭਾਅ ਜੀ ਯਾਰ ਵੀ ਸਵਾਦ ਆ ਰਿਹਾ ਤੁਹਾਡੇ ਨਾਲ, ਵੀ ਮੈਨੂੰ ਸਿੱਖੋ। ਉਹਨਾਂ ਨੂੰ ਕਟਿੰਗ ਤੱਕ ਵੀ ਪਤਾ ਵੀ ਤਾਜ਼ੀ ਇੱਧਰੋਂ ਵੀ ਲੈ ਲਾ, ਹੈ ਨਾ, ਵੀ ਮੈਂ ਉਹ ਚੀਜ਼ਾਂ ਹੈਗੀਆਂ ਸਿੱਖਣ ਵਾਲੀਆਂ ਜਿਹੜੀਆਂ ਮੈਂ ਸਿੱਖਦਾ ਸੀਨੀਅਰ ਆਰਟਿਸਟ ਤੋਂ। ਹੁਣ ਪਿੱਛੇ ਜੇ ਮੈਂ ਹੁਣ ਨਾਂ ਨਹੀਂ ਲਊਂਗਾ ਵੀ ਮੈਂ ਕਿਸੇ ਨੂੰ ਸਟੋਰੀ ਸੁਣਾਈ ਕੋਈ, ਤੇ ਮਹਾਂ ਭਾਅ ਜੀ ਵੀ ਆਹ ਫਿਲਮ ਆ, ਉਹ ਕਹਿੰਦਾ ਵੀ ਯਾਰ ਵੀ ਸਹੀ ਆ, ਥੋੜ੍ਹੀ ਜਿਹੀ ਲੂਜ਼ ਲੱਗਦੀ ਆ, ਵੀ ਆਪਾਂ ਇਹਨੂੰ ਇੱਦਾਂ ਇੱਦਾਂ ਆਇਆ ਕਰਕੇ ਸੈੱਟ ਕਰ ਸਕਦੇ ਹਾਂ। ਬਾਬਾ ਜੀ ਮੈਂ ਸੈੱਟ ਤਾਂ ਕਰੂੰਗਾ ਜੇ ਮੈਨੂੰ ਪਸੰਦ ਆਈ, ਜੇ ਮੈਨੂੰ ਨਹੀਂ ਪਸੰਦ ਆਈ ਮੈਂ ਨਹੀਂ ਸੈੱਟ ਕਰੂੰਗਾ, ਫਿਰ ਆਹੀ ਫਿਲਮ ਕਰਨੀ, ਠੀਕ ਆ, ਨਹੀਂ ਕਰਨੀ ਕੋਈ ਚੱਕਰ ਨਹੀਂ। ਤੇ ਉਹਨਾਂ ਨੇ ਫਿਰ ਉਹਨੇ ਦੇਖਿਆ ਵੀ ਤਾਂ ਸਿੱਧਾ ਹੀ, ਉਹਨਾਂ ਨੇ ਜਵਾਬ ਦਿੱਤਾ ਆਪਾਂ ਬਣਾ ਲਈ ਬਾਅਦ 'ਚ ਜੀ। ਅੱਛਾ, ਇਹ ਵੀ ਸਹੀ ਹੈ ਕਿ ਹਾਂ ਜੀ ਉਹਨਾਂ ਨੇ ਸਿੱਧਾ ਚੱਲਣਾ। ਇਸ ਤੋਂ ਇਹ ਹੈ ਕਿ ਜਦੋਂ ਇੱਕ ਰਾਈਟਰ ਪ੍ਰੋਡਿਊਸਰ ਕੋਲ ਜਾਂਦਾ ਹੈ, ਡਾਇਰੈਕਟਰ ਕਹਾਣੀ ਲੈ ਕੇ ਜਾਂਦਾ ਹੈ ਕਿ ਇਹ ਕਹਾਣੀ ਆ, ਉਹਦੇ ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇੰਡਸਟਰੀ ਦੇ ਵਿੱਚ ਐਕਸਪਲੋਇਟ ਕਰਨ ਵਾਲੀਆਂ ਨੇ ਇੱਕ ਰਾਈਟਰ ਨੂੰ ਔਰ ਇੱਕ ਡਾਇਰੈਕਟਰ ਨੂੰ, ਕਿਉਂਕਿ ਕਈ ਵਾਰੀ ਕੀ ਹੁੰਦਾ ਆ
ਕਹਿ ਦਿੰਦੇ ਆ ਕਿ ਅਸੀਂ ਬਣਾਵਾਂਗੇ, ਅਸੀਂ ਕਰਾਂਗੇ, ਬਟ ਇਹ ਆ ਕਿ ਸਾਡੇ ਐਫਰਟਸ ਲੈ ਕੇ ਅਗਲਾ ਬੰਦਾ ਉਹ ਚੀਜ਼ ਨਹੀਂ ਕਰਦਾ। ਇਦਾਂ ਦਾ ਐਕਸਪੀਰੀਅੰਸ ਹੋਇਆ ਜਾਂ ਇਨੀਸ਼ੀਅਲ ਸਟੇਜ ਦੇ ਵਿੱਚ ਇਦਾਂ ਦੇ ਐਕਸਪੀਰੀਅੰਸਿਸ ਫੇਸ ਕੀਤੇ? ਕਿੱਦਾਂ ਮੈਂ ਗੱਲ ਹੀ ਸਮਝਿਆ ਕਿ ਆਪਾਂ ਸਕ੍ਰਿਪਟ ਲੈ ਕੇ ਜਾ ਰਹੇ ਹਾਂ ਅਗਲੇ ਕੋਲੇ, ਉਹਨੇ ਸੁਣੀ ਹੈ, ਠੀਕ ਹੈ, ਟਾਈਮ ਵੇਸਟ ਕਰਾਇਆ ਸਾਡਾ, ਕਿਉਂਕਿ ਜਦੋਂ ਬਣਦੀ ਨਹੀਂ ਚੀਜ਼ ਫਿਰ ਉਹ ਵੇਸਟ ਹੀ ਹੁੰਦਾ ਆ, ਤੇ ਬਾਅਦ ਵਿੱਚ ਉਹਦਾ ਐਂਡ ਰਿਜ਼ਲਟ ਕੋਈ ਨਹੀਂ ਨਿਕਲਿਆ ਜਾਂ ਫਿਰ ਫਾਲਤੂ ਹੀ ਕਿਸੇ ਨੇ ਐਕਸਪਲੋਇਟ ਕੀਤਾ ਹੋਵੇ। ਨਹੀਂ ਨਹੀਂ ਇਹ ਇਹ ਹੁੰਦਾ ਰਹਿੰਦਾ, ਇਹ ਹਰੇਕ ਬੰਦੇ ਨਾਲ ਹੁੰਦਾ। ਮੈਂ ਲੰਬਣਾ ਦਾ ਲਾਣਾ ਮੇਰੇ ਤੋਂ ਕਿਸੇ ਨੇ ਲੈ ਲਈ, ਉਹ ਕਹਿੰਦੇ ਵੀ ਤਾਂ ਜੀ ਆਪਾਂ ਫਿਲਮ ਬਣਾਉਂਗੇ ਕੋਈ ਵੱਡਾ ਚੈਨਲ ਦਾ ਹਨਾ, ਤੇ ਮੈਂ ਭਾਈ ਠੀਕ ਆ, ਮੇਰਾ 3-5-6 ਮਹੀਨੇ ਨਿਕਲ ਗਏ ਹਨਾ, ਤੇ PPT ਸਭ ਕੁਛ ਭੇਜਿਆ ਹੁੰਦਾ ਇਹ ਚੀਜ਼ ਦਾ, ਤੇ ਮੈਂ ਉਹਨਾਂ ਨੂੰ 6 ਮਹੀਨੇ ਕਿਹਾ ਭਾਜੀ ਵੀ ਕਿੱਦਾਂ ਹਨਾ ਵੀ ਮੈਂ ਵੇਟ ਕਰੀ ਜਾਂਦਾ ਵੀ ਕੁਛ ਅਪਡੇਟ। ਕਹਿੰਦਾ ਵੀ ਯਾਰ ਇਹਨੂੰ 1-1.5 ਸਾਲ ਲੱਗ ਜਾਂਦਾ ਹਨਾ ਇਹ ਚੀਜ਼ ਨੂੰ ਪਾਸ ਕਰਾਉਣ ਨੂੰ, ਤੇ ਮੈਨੂੰ ਲੱਗਿਆ ਵੀ ਅੱਛਾ। ਫਿਰ ਮੇਰੇ ਕੋਲ ਪ੍ਰੋਡਿਊਸਰ ਹੈਗੇ ਤੇ ਉਹਨਾਂ ਨੂੰ ਮੈਂ ਸਟੋਰੀ ਸੁਣਾਈ, ਉਹ ਕਹਿੰਦੇ ਤਾਂ ਅੱਜ ਆਪਾਂ ਕਰੋਗੇ ਤੇ ਆਪਾਂ ਜਾਸਰ ਨਾਲ, ਪਰ ਮੈਂ ਬੜਾ ਖੁਸ਼ ਹੋਇਆ ਦੋਨਾਂ ਨਾਲ ਕੰਮ ਕਰਕੇ, ਤਾਂ ਹੀ ਬੱਬਲ ਆਪਣਾ ਇੱਟਾਂ ਦਾ ਘਰ ਵੀ ਕਰ ਰਿਹਾ। ਵੇਟ ਨਹੀਂ ਮੇਤੇ ਕਰਨ ਦੀ, ਪਤਾ ਨਹੀਂ ਸਾਰੇ ਕਹਿੰਦੇ ਵੀ ਤੂੰ ਤਾਂ ਹੀ ਕਰਕੇ ਛੇਤੀ ਫਿਲਮਾਂ ਹੀ ਬਣੀ ਜਾਂਦੀ ਹੈ। ਇਹ ਚੀਜ਼ ਆਈ ਥਿੰਕ ਵਧੀਆ ਵੀ ਆ। ਮੈਂ ਇੱਕ ਇੰਟਰਵਿਊ ਦੇਖਿਆ ਸੀ, ਉਹਦੇ 'ਚੋਂ ਡਾਇਰੈਕਟਰ ਕਹਿ ਰਹੇ ਸੀ ਕਿ ਮੈਨੂੰ ਤਾਂ ਅਕਸ਼ੇ ਕੁਮਾਰ ਨੇ ਟਾਰਗੇਟ ਦਿੱਤਾ, ਤੂੰ ਇੰਨੀਆਂ ਫਿਲਮਾਂ ਕਰਨੀਆਂ ਨੇ, ਨਹੀਂ ਤਾਂ ਮੈਂ ਤਾਂ ਕਹਿੰਦੇ ਸੋਚਿਆ ਸੀ ਕਿ ਮੈਂ 2-4 ਹੀ ਕਰਾਂਗਾ ਸ਼ਾਇਦ ਜ਼ਿੰਦਗੀ 'ਚ। ਇਹ ਤੁਸੀਂ ਕੋਈ ਟਾਰਗੇਟ ਸੈੱਟ ਕੀਤਾ ਕਿ ਮੈਂ ਇੰਨੀਆਂ ਕਰਨੀਆਂ ਨੇ? ਨਹੀਂ ਨਹੀਂ ਟਾਰਗੇਟ ਮੈਂ ਕੋਈ ਨਹੀਂ, ਪਰ ਇੱਕ ਮੈਂ ਲੱਕ ਸਮਝਦਾ ਵਧੀਆ ਆਪਣਾ, ਮੈਂ ਨਾ ਜ਼ਿਆਦਾ ਨਹੀਂ ਲਿਖਦਾ, ਮਤਲਬ ਮੈਂ ਸਿਰਫ ਬਸ ਕੁਛ ਹੀ ਲਿਖਿਆ ਹੁੰਦੀ ਹੈ, ਪਰ ਮੈਂ ਜਦੋਂ ਲਿਖਦਾ ਉਹ ਬੜੀ ਛੇਤੀ ਆ ਜਾਂਦੀ ਹੈ ਸਾਹਮਣੇ ਫਲੋਰ 'ਤੇ, ਉਹਨੂੰ ਪ੍ਰੋਡਿਊਸਰ ਵੀ ਮਿਲ ਜਾਂਦਾ ਨਾ, ਜਾਂ ਸ਼ਾਇਦ ਇਹ ਵੀ ਹੈਗਾ ਵੀ ਅੰਡਰ ਬਜਟ ਫਿਲਮਾਂ ਬਣਦੀਆਂ ਮੇਰੀਆਂ ਸਾਰੀਆਂ ਨਾ, ਪ੍ਰੋਡਿਊਸਰਸ ਨੂੰ ਮੈਂ ਉਨਾ ਹੀ ਬਜਟ ਦਿੰਦਾ ਜਿਹੜਾ ਉਹਨਾਂ ਨੂੰ ਲੱਗਦਾ ਮੈਨੂੰ ਕਿਤੇ ਨਾ ਕਿਤੇ ਉਹਨਾਂ ਦੀ ਰਿਕਵਰੀ ਵੀ ਹੋ ਜਾਵੇ, ਕਿਉਂਕਿ ਮਤਲਬ ਇਹਦੇ ਨਾਲ ਦੀਆਂ ਫਿਲਮਾਂ ਬਣਾਉਣੀਆਂ ਲੋਕਾਂ ਨੇ 3-3 ਗੁਣਾ ਬਜਟ ਦਿੱਤਾ ਵਾ ਪ੍ਰੋਡਿਊਸਰਾਂ ਤੋਂ, ਮੈਨੂੰ ਪਤਾ ਲੱਗਿਆ ਨਾ ਵੀ ਜਿਹੜੀ ਅਸੀਂ ਮੰਨ ਲਓ ਜੇ ਅਸੀਂ 1 ਰੁਪਏ 'ਚ ਬਣਾਈ ਆ ਤਾਂ ਇਹੀ ਫਿਲਮ ਸੇਮ 3 ਰੁਪਏ 'ਚ ਬਣ ਰਹੀ ਆ, ਅਤੇ ਉਹ ਡਾਇਰੈਕਟਰ ਦੀ ਗਲਤੀ ਮੰਨਦਾ ਮੈਂ। ਤੁਸੀਂ ਪ੍ਰੋਡਿਊਸਰ ਨੂੰ ਖਤਮ ਕਰਦੇ ਹੋ ਨਾ, ਤੁਸੀਂ ਆਪਣੇ ਕੀੜੇ ਕੱਢਣ ਦੇ ਚੱਕਰ 'ਚ ਨਾ ਕਾਫੀ ਚੀਜ਼ਾਂ ਨੂੰ ਖਰਾਬ ਕਰਦੇ ਆ, ਤੇ ਮੈਨੂੰ ਲੱਗਦਾ ਜਿਹੜੀ ਪੰਜਾਬੀ ਇੰਡਸਟਰੀ ਆ ਆਪਾਂ ਮਤਲਬ ਹਲੇ ਇੰਡਸਟਰੀ ਬੜੀ ਛੋਟੀ ਆ, ਪਰ ਆਪਾਂ ਨੂੰ ਲੱਗੇ ਵੀ ਉਹ ਬਜਟ ਦੇ ਵਿੱਚ ਹੀ ਹੈ ਨਾ ਇੱਕ ਵਧੀਆ ਚੀਜ਼ ਪ੍ਰੋਡਿਊਸਰ ਨੂੰ ਬਣਾ ਕੇ ਦਿੱਤੀ ਜਾਵੇ, ਤਾਂ ਕਰਕੇ ਵੀ ਕਿਤੇ ਨਾ ਕਿਤੇ ਉਹਦੀ ਵੀ ਰਿਕਵਰੀ ਹੋਵੇ। ਹੁਣ ਮੈਂ ਕਹਾਂ ਮੈਂ ਲੰਬੜਾ ਦੇ ਨਾਲ ਇਹਨੂੰ 60 ਦਿਨ 'ਚ ਸ਼ੂਟ ਕਰਦਾ ਤਾਂ ਉਹਨੇ ਤਾਂ ਵਿਚਾਰੇ ਨੇ ਫਸਣਾ ਹੀ ਪੈਣਾ, ਅਸੀਂ 21 ਦਿਨ 'ਚ ਸ਼ੂਟ ਕਰਤਾ। ਕਿਆ ਬਾਤ! ਜਿਵੇਂ ਤੁਸੀਂ ਕਿਹਾ ਕਿ ਇਹ ਚੀਜ਼ ਵੀ ਜ਼ਰੂਰੀ ਆ ਕਿ ਅਸੀਂ ਥੋੜ੍ਹਾ ਜਿਹਾ ਬਜਟ ਵੀ ਲਿਮਿਟਡ ਰੱਖੀਏ, ਬਟ ਸਿਨੇਮਾ 'ਚ ਐਕਸਪੈਰੀਮੈਂਟ ਹੋਣੇ ਵੀ ਜ਼ਰੂਰੀ ਆ, ਤਾਂ ਹੀ ਸਾਨੂੰ ਵੱਖ ਵੱਖ ਤਰ੍ਹਾਂ ਦਾ ਕੰਟੈਂਟ ਹੈ ਜਿਹੜਾ ਵੇਖਣ ਨੂੰ ਮਿਲੇਗਾ। ਸੋ ਪਰਸਨਲੀ ਕੀ ਮੰਨਦੇ ਹੋ ਕਿ ਜਿਹੜਾ ਇੱਕੋ ਹੀ ਟਾਈਪ ਦਾ ਸਿਨੇਮਾ ਚੱਲਦਾ ਰਹਿੰਦਾ ਆ ਉਹਨੂੰ ਇੱਕ ਬ੍ਰੇਕ ਦੇਣਾ ਆ, ਕਹਿ ਲਈਏ ਕਿ ਜਿਵੇਂ ਬਾਕੀ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਐਕਸਪੈਰੀਮੈਂਟਸ ਹੁੰਦੇ ਆ ਜਾਂ ਵੱਖਰੇ ਵੱਖਰੇ ਜਾਨਰਸ 'ਚ ਬਣਦੀਆਂ ਆ, ਉੱਦਾਂ ਦੀਆਂ ਫਿਲਮਾਂ ਆਉਣੀਆਂ ਕਿੰਨੀਆਂ ਕੁ ਜ਼ਰੂਰੀ ਨੇ? ਦੇਖੋ ਮੈਂ ਹੁਣ ਪਹਿਲਾਂ ਮੈਂ ਮੰਨਦਾ ਤਾ ਵੀ ਐਕਸਪੈਰੀਮੈਂਟ ਕਰੋ, ਪਰ ਮੈਂ ਹੁਣ ਨਹੀਂ ਮੰਨਦਾ ਨਾ ਵੀ ਤੁਸੀਂ ਪੰਜਾਬੀ ਇੰਡਸਟਰੀ ਜਿੱਦਾਂ ਮੈਂ ਪੇਂਟਰ ਬਣਾਈ ਹੋਏ ਐਕਸਪੈਰੀਮੈਂਟ ਤਾਂ ਨਾ ਵੀ ਉਹ ਨਹੀਂ। ਹੁਣ ਮੈਂ ਜਿੰਨੇ ਐਕਸਪੈਰੀਮੈਂਟ ਕਰਿਆ, ਹੁਣ ਮੈਂ 2 ਹਿੰਦੀ ਮਤਲਬ ਮੇਰੀਆਂ ਹੋਈਆਂ ਲੌਗ ਜਿਹੜੀਆਂ ਛੇਤੀ ਅਨਾਊਂਸ ਕਰੂੰਗੇ ਨਾ, ਉਹ ਐਕਸਪੈਰੀਮੈਂਟ ਆ। ਹਿੰਦੀ 'ਚ ਉਹ ਚੀਜ਼ ਨੂੰ ਲਿੱਤਾ ਜਾਂਦਾ, ਮੈਨੂੰ ਲੱਗਦਾ ਪੰਜਾਬ 'ਚ ਜਾਂ ਕਾਮੇਡੀ ਚੱਲਦੀ ਜਾਂ ਐਕਸ਼ਨ ਚੱਲਦਾ ਜਾਂ ਲਵ ਸਟੋਰੀ, ਇਹ 3 ਹੀ ਫਾਰਮੂਲੇ ਆ। ਉਹ ਚੌਥਾ ਮੈਨੂੰ ਨਹੀਂ ਲੱਗਦਾ ਕੋਈ ਹਿੱਟ ਹੋਇਆ ਹੋਊਗਾ ਕੋਈ ਐਕਸਪੈਰੀਮੈਂਟ ਆ ਨਾ, ਆਪਾਂ ਭੂਤਾਂ ਦੇ ਬਣਾ ਦਈਏ ਜਾਂ ਕੁਛ ਵੀ ਬਣਾ ਦਈਏ, ਤੇ ਇਹੀ ਜੋਨਰ ਆਪਣਾ ਪੰਜਾਬ ਦਾ। ਕਾਮੇਡੀ ਬਣਾ ਦਿਓ, ਐਕਸ਼ਨ ਬਣਾ ਦਿਓ ਜਾਂ ਲਵ ਸਟੋਰੀ ਵਧੀਆ ਬਣਾ ਦਿਓ। ਜਦੋਂ ਕੋਈ ਫਿਲਮ ਬੜੀ ਸ਼ਿੱਦਤ ਨਾਲ ਬਣਾਈ ਹੁੰਦੀ ਆ, ਓਬਵੀਅਸਲੀ ਰਾਈਟਰ ਸਭ ਤੋਂ ਵੱਧ ਜੁੜਿਆ ਹੁੰਦਾ ਹੈ, ਮੈਨੂੰ ਲੱਗਦਾ ਕਿ ਉਹਨੇ ਕਹਾਣੀ ਸਿਰਜੀ ਹੁੰਦੀ ਆ। ਜਦੋਂ ਉਹ ਕਹਾਣੀ ਦਰਸ਼ਕਾਂ ਨੂੰ ਓਨੀ ਪਸੰਦ ਨਹੀਂ ਆਉਂਦੀ, ਜਿਵੇਂ ਫੋਰ ਐਗਜ਼ਾਮਪਲ ਪੇਂਟਰ ਦੀ ਤੁਸੀਂ ਗੱਲ ਕੀਤੀ ਕਿ ਹਾਂ ਪੇਂਟਰ ਇੱਕ ਇੱਦਾਂ ਦੀ ਫਿਲਮ ਸੀ ਔਰ ਤੁਹਾਡਾ ਡ੍ਰੀਮ ਪ੍ਰੋਜੈਕਟ ਵੀ ਰਿਹਾ, ਉਹ ਮਹਿਰਾਜ ਲਈ ਵੀ ਉਹ ਚੀਜ਼ ਬਹੁਤ ਜ਼ਿਆਦਾ ਵੱਡੀ ਸੀ, ਹੈ ਨਾ ਜੀ ਜੀ। ਸੋ ਔਰ ਇੱਕ ਪੰਜਾਬੀ ਸਿਨੇਮਾ ਲਈ ਵੀ ਇੱਕ ਵੱਖਰੀ ਚੀਜ਼ ਸੀਗੀ, ਜਦੋਂ ਉਹ ਚੀਜ਼ ਲੋਕ ਪਸੰਦ ਨਹੀਂ ਕਰਦੇ ਜਾਂ ਕਮਰਸ਼ੀਅਲੀ ਉਹ ਚੀਜ਼ ਸਕਸੈਸਫੁਲ ਨਹੀਂ ਹੁੰਦੀ ਤਾਂ ਦਿਲ ਟੁੱਟਦਾ ਕਿਤੇ ਨਾ ਕਿਤੇ, ਉਹ ਫੀਲ ਹੁੰਦੀ ਹੈ ਡਿਸਅਪੋਇੰਟਮੈਂਟ ਵੀ, ਕਿਉਂ ਇੱਦਾਂ ਕਿਉਂ ਹੋਇਆ।
ਨਹੀਂ ਚਲੋ ਸਾਨੂੰ ਜਿੱਦਾਂ ਹੁਣ ਲਵਰ ਨਹੀਂ ਹੈ ਨਾ ਪਸੰਦ ਕਰੇਗੀ ਸਿਨੇਮੇ 'ਚ, ਚਲੋ ਬਾਅਦ 'ਚ ਵਧੀਆ, ਹਾਂ ਯੂਟਿਊਬ 'ਤੇ ਵਧੀਆ ਚੱਲੀ, ਪਰ ਲਵਰ ਮਤਲਬ ਬਹੁਤ ਸੋਹਣੀ ਲਵ ਸਟੋਰੀ ਸੀ, ਮੈਨੂੰ ਲੱਗਿਆ ਵੀ ਯਾਰ ਮੈਂ ਬਹੁਤ ਸੋਹਣੀ ਲਵ ਸਟੋਰੀ ਲਿਖੀ ਉਹ, ਚਲੋ ਪੇਂਟਰ ਵੀ ਇੱਦਾਂ ਦੀ, ਪਰ ਦੇਖੋ ਆਪਾਂ ਨੂੰ ਚੱਲਣਾ ਪੈਣਾ ਆਡੀਅੰਸ ਦੇ ਹਿਸਾਬ ਨਾਲ, ਮਤਲਬ ਜੇ ਮੈਂ ਸੋਚਿਆ ਵੀ ਮੈਂ ਡਾਇਰੈਕਟਰ ਹਾਂ ਮੈਂ ਰਾਈਟਰ ਹਾਂ ਵੀ ਜੋ ਮੈਂ ਦਿਖਾਤਾ ਆਡੀਅੰਸ ਉਹੀ ਦੇਖੇ, ਨਹੀਂ ਹੈ ਨਾ, ਆਪਣਾ ਹਾਲੇ ਮਤਲਬ ਆਡੀਅੰਸ ਦੇ ਹਿਸਾਬ ਨਾਲ ਹੀ ਚੱਲਣਾ ਪੈਣਾ, ਜੋ ਪਸੰਦ ਕਰੂੰਗੇ ਸਾਨੂੰ ਉਹੀ ਬਣਾਉਣਾ ਪੈਣਾ, ਜੇ ਅਸੀਂ ਆਪਣੇ ਕੀੜੇ ਕੱਢੀਏ ਜਾਂ ਨਾ ਕੁਛ ਉੱਦਾਂ ਦੇ ਕੰਟੈਂਟ ਲੈ ਕੇ ਆਈਏ ਤਾਂ ਫਿਰ ਤਾਂ ਪ੍ਰੋਡਿਊਸਰਾਂ ਨੇ ਹੀ ਖਤਮ ਹੋਣਾ, ਰਾਈਟਰ ਉਹ ਕੁਛ ਵੀ ਲਿਖ ਸਕਦਾ, ਮੇਰੇ ਕੋਮੇਡੀ ਲਿਖਾ ਲਓ, ਮੇਰੇ ਲਵ ਸਟੋਰੀ ਮੈਂ ਤਾਂ ਲਿਖੂੰਗਾ, ਪਰ ਮੈਂ ਉਹੀ ਲਿਖੂੰਗਾ ਹੁਣ ਜੋ ਪੰਜਾਬ 'ਚ ਚੱਲਦਾ, ਜੋ ਆਡੀਅੰਸ ਪਸੰਦ ਕਰਦੀ ਹੈ ਨਾ, ਜਿਹਦਾ ਕਰਕੇ ਅਸੀਂ ਲੰਬੜਾਂ ਦਾ ਲਾਣਾ ਲਿਖੀ ਜੀ। ਸੋ ਲੰਬੜਾਂ ਦਾ ਲਾਣਾ 'ਤੇ ਹੀ ਵਾਪਸ ਆਉਂਦੇ ਹਾਂ, ਇੰਨੇ ਸਾਰੇ ਕੈਰੈਕਟਰਸ ਨੇ ਜਿਹੜੇ ਅਸੀਂ ਵੇਖਿਆ ਟ੍ਰੇਲਰ ਦੇ ਵਿੱਚ, ਆਲਰੇਡੀ ਟ੍ਰੇਲਰ ਹੈ ਜਿਹੜਾ ਲੋਕਾਂ ਨੂੰ ਪਸੰਦ ਆ ਰਿਹਾ ਹੈ ਨਾ, ਅਤੇ ਉਹ ਜਿਹੜਾ ਇੱਕ ਕੋਨਸੈਪਟ ਹੈ ਵੀ ਅੱਛਾ ਇਹਨਾਂ ਨਾਲ ਇੱਦਾਂ ਇੱਕ ਕੋਈ ਸੁਪਰ ਨੈਚੁਰਲ ਚੀਜ਼ ਹੁੰਦੀ ਹੈ, ਉਹਦੇ 'ਚ ਕਿੰਨਾ ਕੁ ਬਿਲੀਵ ਕਰਦੇ ਹੋ, ਔਰ ਇਹ ਕਿਸੇ ਤੋਂ ਓਬਜ਼ਰਵ ਕੀਤਾ ਸੀ ਜਾਂ ਕੀ ਹੋਇਆ ਸੀ ਜਿਹੜੀ ਇਹ ਸੁਪਰ ਨੈਚੁਰਲ ਚੀਜ਼ ਆ ਇਸ ਦੇ ਵਿੱਚ ਐਡ ਔਨ ਕੀਤੀ ਹੈ? ਨਹੀਂ ਦੇਖੋ ਇੱਦਾਂ ਦਾ ਹੁੰਦਾ ਕੁਛ ਨਹੀਂ, ਨਾ ਹੈ ਨਾ ਮੈਨੂੰ ਭੂਤ ਪ੍ਰੇਤਾਂ 'ਤੇ ਕੋਈ ਯਕੀਨ ਵਿਸ਼ਵਾਸ ਹੈਗਾ, ਬਸ ਇਹ ਥੋੜ੍ਹਾ ਜਿਹਾ ਕਹਿੰਦੇ ਜਿਹਦੇ ਮਸਾਲਾ ਵੀ ਹੈ ਨਾ, ਵੀ ਕੁਛ ਪਿੰਡਾਂ 'ਚ ਨਾ ਇਹ ਬਹੁਤ ਚੱਲਦਾ ਨਾਟਕ ਭੂਤ ਵਾਲਾ, ਅਤੇ ਬਸ ਉਹਨੂੰ ਅਸੀਂ ਕਿੱਦਾਂ ਹੈ ਨਾ ਵਿੱਚ ਮਤਲਬ ਸਮਝ ਲਓ ਵੀ ਉਹਨੂੰ ਯੂਜ਼ ਕਿੱਦਾਂ ਕਰਿਆ ਉਹ ਹੈ ਨਾ ਚੀਜ਼ ਨੂੰ, ਬਸ ਉਹ ਐਂਟਰਟੇਨਮੈਂਟ ਆ, ਭੂਤ ਭਾਤ ਦਾ ਕੋਈ ਸੰਬੰਧ ਨਹੀਂ ਹੈਗਾ, ਵੀ ਫੁੱਲੀ ਕਮੇਡੀ ਫਿਲਮ ਆ, ਫੈਮਿਲੀ ਫਿਲਮ ਆ। ਅੱਛਾ ਮੰਨ ਲਾ, ਸੱਚ ਨਾ ਮੰਨ ਲਿਓ ਕਿ ਭੂਤ ਹੁੰਦੇ ਆ, ਕਿਉਂਕਿ ਰਾਈਟਰ ਨੂੰ ਖੁਦ ਨਹੀਂ ਯਕੀਨ ਹੈ। ਨਹੀਂ ਹਾਂ, ਬਾਕੀ ਜਿਹੜੇ ਮੰਨਦੇ ਆ ਸ਼ਾਇਦ ਉਹਨਾਂ ਨੇ ਹੁੰਦੇ ਵੀ ਹੋਣਗੇ ਹੈ ਨਾ, ਕਈ ਲੋਕ ਮੰਨਦੇ ਆ ਭੂਤਾਂ ਨੂੰ, ਤੇ ਪਰ ਪਤਾ ਨਹੀਂ ਆਪਾਂ ਤਾਂ ਕਦੀ ਨਹੀਂ ਮੰਨੇ। ਅੱਛਾ 26th ਜਨਵਰੀ ਨੂੰ ਰਿਲੀਜ਼ ਕਰਨਾ, ਕੋਈ ਸਪੈਸੀਫਿਕ ਰੀਜ਼ਨ ਆ ਜਾਂ ਮਤਲਬ ਵੈਸੇ ਡੇਟ ਨਾਰਮਲੀ ਇਹ ਡਿਸਾਈਡ ਕੀਤੀ? ਦੇਖੋ ਜਿੱਦਾਂ ਹੈ ਨਾ ਰਸ਼ ਚੱਲਦਾ ਪਿਆ ਫਿਲਮਾਂ ਦਾ, ਡੇਟ ਹੀ ਨਹੀਂ ਮਿਲਦੀ ਕੋਈ, 26 ਖਾਲੀ ਤੇ ਸੀਗਾ, ਚਲੋ 26 ਕਰ ਲਓ ਹੈ ਨਾ, ਤਾਂ ਕਰਕੇ 26 ਕਰੀ ਗਈ, ਕਿਉਂਕਿ ਪਹਿਲਾਂ ਅਸੀਂ 19 ਸੋਚਿਆ ਤਾ, 19 ਫਿਰ ਡਰਾਮੇ ਵਾਲੇ ਸੀ ਹੈ ਨਾ, ਫਿਰ ਚਲੋ ਉਹਰੀ ਸਾਹਿਬ ਨੂੰ ਅਸੀਂ ਕਿਹਾ ਵੀ ਉਹ ਪੱਕੀ ਆ, ਉਹ ਫਿਰ ਉਹਨਾਂ ਨੇ ਪਤਾ ਕਰਿਆ ਹੋਣਾ ਵੀ ਹਾਂ ਵੀ ਉਹ ਹੈ ਨਾ, ਵੀ ਕਈ ਵਾਰ ਹੁੰਦਾ ਨਾ ਬੰਦਾ ਅਨਾਊਂਸ ਕਰਦਾ ਹੁੰਦਾ ਪਰ ਉਸ ਦਿਨ ਹੁੰਦੀ ਨਹੀਂ ਰਿਲੀਜ਼, ਜਿੱਦਾਂ ਪਿੱਛੇ ਜੇ ਉਹ ਇੱਕ ਹੋਰ ਤੀ ਚੱਲ ਭੱਜ ਚੱਲੀਏ ਦਸੰਬਰ 'ਚ ਸੀ, ਹਾਂ ਅਸੀਂ ਪਹਿਲਾਂ ਦਸੰਬਰ 'ਚ ਸੋਚਿਆ, ਫਿਰ ਉਹਨਾਂ ਨੇ ਅਨਾਊਂਸ ਕਰਤੀ, ਸਾਨੂੰ ਲੱਗਿਆ ਵੀ ਚਲੋ ਦਸੰਬਰ 'ਚ ਠੰਡ ਹੁੰਦੀ ਹੈ ਵੀ ਥੋੜ੍ਹਾ ਅੱਗੇ ਲੈ ਜਾਓ, ਫਿਰ 19 ਅਸੀਂ ਸੋਚਿਆ, 19 ਨੂੰ ਜਦੋਂ ਸੋਚਿਆ ਵੀ ਡਰਾਮੇ ਵਾਲੇ ਆ ਰਹੀ ਹੈ ਤਾਂ ਸਾਨੂੰ ਲੱਗਿਆ ਵੀ ਨਹੀਂ ਯਾਰ ਹੈ ਨਾ ਵੀ ਦੋ ਬਣਦੀ ਹੈ, ਸਾਨੂੰ ਲੱਗਿਆ ਵੀ 26 ਖਾਲੀ ਆ, ਪਰ 26 ਨੂੰ ਫਾਈਟਰ ਆ ਰਹੀ ਹੈ ਹਿੰਦੀ, ਚਲੋ ਫਿਰ ਵੀ ਲੱਗਿਆ ਵੀ ਪੰਜਾਬੀ ਦਾ ਆਪਣਾ ਇੱਕ ਅਲੱਗ ਹੈ ਨਾ ਉਹ ਹੁੰਦਾ, ਫੈਮਿਲੀ ਅਲੱਗ ਦੇਖਦੀ ਹੈ, ਤਾਂ ਕਰਕੇ 26 ਰੱਖੀ ਗਈ, ਕੋਈ ਜ਼ਿਆਦਾ ਨਹੀਂ, ਬਾਕੀ ਛੁੱਟੀ ਆ ਇਹ ਵਧੀਆ ਗੱਲ ਆ, ਦੋ ਦਿਨ ਛੁੱਟੀਆਂ। ਅੱਛਾ ਕਈ ਵਾਰੀ ਕੀ ਹੁੰਦਾ ਨਾ, ਕਈ ਵਾਰ ਜਾਣ ਕੇ ਨਹੀਂ ਅੱਗੇ ਪਿੱਛੇ ਕਰਦੇ ਹੈਗੇ ਕਿ ਨਹੀਂ ਸ਼ਾਇਦ ਕਿ ਮਤਲਬ ਕਲੈਸ਼ ਹੋ ਜਾਂਦਾ ਸਕਰੀਨਸ ਤੇ, ਕਿਉਂਕਿ ਸਾਡੀ ਪੰਜਾਬੀ ਇੰਡਸਟਰੀ ਇੱਦਾਂ ਜਾਂਦਾ, ਦੋ ਹਫ਼ਤੇ ਕੋਈ ਰਿਲੀਜ਼ ਹੀ ਨਹੀਂ ਹੁੰਦੀ, ਜੇ ਇੱਕ ਹਫ਼ਤੇ ਰਿਲੀਜ਼ ਹੋਵੇ ਕਈ ਵਾਰੀ ਦੋ ਇਕੱਠੀਆਂ ਹੋ ਜਾਂਦੀਆਂ ਆ, ਸੋ ਉਹ ਡੇਟਸ ਦਾ ਆਪਸ ਦੇ ਵਿੱਚ ਮੈਨੇਜ ਕਰਕੇ ਰੱਖਣਾ ਕਿੰਨਾ ਕੁ ਜ਼ਰੂਰੀ ਹੈ, ਕਿਉਂਕਿ ਮੈਨੂੰ ਲੱਗਦਾ ਜਦੋਂ ਦੋ ਪੰਜਾਬੀ ਫਿਲਮਾਂ ਆਉਂਦੀਆਂ, ਇੱਕ ਤਾਂ ਬਾਲੀਵੁੱਡ ਦੀ ਲੱਗੀ ਹੁੰਦੀ ਹੈ ਕੋਈ ਨਾ ਕੋਈ, ਸਕਰੀਨਸ ਵੈਸੇ ਹੀ ਓਰੀਜਨਲ ਸਿਨੇਮਾ ਲਈ ਘੱਟ ਜਾਂਦੀਆਂ ਨੇ, ਅਤੇ ਕਈ ਵਾਰ ਹਾਲੀਵੁੱਡ ਦੀ ਵੀ ਲੱਗ ਜਾਂਦੀ, ਫਿਰ ਜਦੋਂ ਓਰੀਜਨਲ ਦੇ ਵਿੱਚ ਵੀ ਦੋ ਫਿਲਮਸ ਦੇ ਵਿੱਚ ਡਿਵਾਈਡ ਹੋ ਜਾਂਦੀਆਂ ਉਹ ਹੋਰ ਵੀ ਘੱਟ ਰਹਿ ਜਾਂਦੀਆਂ, ਤੇ ਮੇਰੇ ਅਕੋਰਡਿੰਗਲੀ ਦੋਵਾਂ ਫਿਲਮਾਂ ਨੂੰ ਕਿਤੇ ਨਾ ਕਿਤੇ ਉਹਦਾ ਨੁਕਸਾਨ ਹੈ ਜਿਹੜਾ ਉਹ ਦੇਖਣਾ ਪੈਂਦਾ ਆ। ਦੇਖੋ ਇਹ ਅੜੀਓ ਕਹਿ ਲਓ ਹੈ ਨਾ, ਵੀ ਥੋੜ੍ਹੀ ਜਿਹੀ ਅੜੀ ਹੈਗੀ ਆਪਣੇ ਪੰਜਾਬੀਆਂ 'ਚ ਵੀ ਹੈਗੀ ਹੈ ਨਾ, ਮੈਂ ਤਾਂ ਡਿਸਟ੍ਰੀਬਿਊਟਰ ਨੂੰ ਵੀ ਕਹਿੰਦਾ ਹੁੰਦਾ ਵੀ ਯਾਰ ਚਲੋ ਇੱਕ ਨੇ ਜੇ ਪਹਿਲਾਂ ਅਨਾਊਂਸ ਕਰਤੀ ਤਾਂ ਨਾ ਉਹਦੀ ਰਿਸਪੈਕਟ ਕਰੋ ਵੀ ਯਾਰ, ਕੋਈ ਗੱਲ ਨਹੀਂ ਵੀਰੇ ਤੂੰ ਕਰਤੀ, ਆਪਾਂ ਅਗਲੇ ਵੀਕ ਕਰ ਲੈਂਦੇ, ਹਰ ਵੀਕ ਨਾਲ ਕੋਈ ਫਰਕ ਨਹੀਂ ਪੈਂਦਾ ਹੈ ਨਾ, ਪਰ ਉਹ ਪਤਾ ਨਹੀਂ ਕਿਉਂ ਅੜਦੇ ਜਾਂ ਕਿਉਂ ਕਰਦੇ, ਮੈਨੂੰ ਸਮਝ ਨਹੀਂ ਆਉਂਦੀ, ਹੁਣ ਮਤਲਬ ਮੈਂ 19 ਨੂੰ ਕਰਦਾ, ਮੈਂ ਜੇ ਅੜਦਾ ਵੀ ਉਹ ਸਭ 19 ਨੂੰ ਕਰਨੇ ਤਾਂ ਉਹਨਾਂ ਨੇ 19 ਨੂੰ ਕਰਨੀ ਸੀ, ਤੇ ਉਹ ਵੀ ਕਹਿੰਦੇ ਵੀ ਆਪਾਂ ਕਰ ਦਿੰਦੇ 19 ਨੂੰ, ਮੈਂ ਨਹੀਂ ਯਾਰ ਕਿਸੇ ਨਾਲ ਨਹੀਂ ਕਰਨੀ, ਜਦੋਂ ਵੀਕ ਖਾਲੀ ਅੱਗੇ ਕੋਈ ਕਹਿੰਦੇ ਹਿੰਦੀ ਵੱਡੀ ਆ ਅੱਗੇ, ਫਿਰ ਵਾਰਨਿੰਗ 2 ਆ ਹਨਾ 2 ਨੂੰ, ਮੈਂ ਫਿਰ ਵੀ ਕੋਈ ਚੱਕਰ ਨਹੀਂ, ਜੇ ਇੱਕ ਹਫ਼ਤਾ ਹੈ ਕਿਉਂਕਿ ਇੱਕ ਵੀਕ ਦੀ ਉਹ ਫਿਲਮ ਰਹਿ ਗਈ, ਜੇ ਵਧੀਆ ਹੋਊਗੀ ਤਾਂ ਹਫ਼ਤਾ ਵੀ ਚੱਲੂਗੀ, ਅਗਲੇ ਹਫ਼ਤੇ ਆ ਵੀ ਸ਼ੋ ਲੈ ਲੂਗੀ ਹੈ ਨਾ, ਜੇ ਨਹੀਂ ਚੱਲੀ ਤਾਂ ਫਿਰ ਆਪਾਂ, ਹਾਂ ਪਰ ਆਪਾਂ ਵੀ ਕਿਸੇ ਨਾਲ ਨਹੀਂ ਹੈ ਨਾ, ਵੀ ਜਦੋਂ ਆਪਣੇ ਕੋਲ ਵੀਕ ਖਾਲੀ ਪਿਆ ਤਾਂ ਆਪਾਂ ਖਾਲੀ 'ਚ ਹੀ ਕਰੀਏ, ਅਤੇ ਮੇਰਾ ਇਹ ਹੁੰਦਾ ਵੀ ਮਤਲਬ ਚਲੋ ਵੀ ਉਹਦੀ ਰਿਸਪੈਕਟ ਆ, ਜਿਹਨੇ ਪਹਿਲਾਂ ਅਨਾਊਂਸ ਕਰਤੀ ਯਾਰ ਠੀਕ ਆ ਵੀ ਵੀਰੇ ਤੂੰ ਕਰਦੀ ਕੋਈ ਗੱਲ ਨਹੀਂ, ਆਪਾਂ ਵੀਕ ਲੇਟ ਆ ਜਾਂਦੇ, ਆ ਕੱਲ ਹੋਈਆਂ ਮਤਲਬ ਇੱਕ ਨੇ ਦੋ ਹੋਈਆਂ, ਇੱਕ ਨੇ ਪਾਤਾ ਪੋਸਟਰ, ਉਹਨੇ ਵੀ ਜਦੀ ਪਾਤਾ ਦੂਏ ਦਿਨ ਦਾ ਸੇਮ ਡੇਟ ਦਾ, ਅੱਛਾ ਆਈ ਡੋਨਟ ਨੋ ਮੈਨੂੰ ਨਹੀਂ ਪਤਾ, ਕੱਲ ਹੀ ਹੋਈਆਂ ਦੋ। ਓਕੇ
ਅੱਛਾ, ਇੱਕ ਨਾ ਇਸ ਫਿਲਮ ਦੇ ਵਿੱਚ ਜਿਹੜਾ 뮤직 ਆ ਉਹ ਬੜਾ ਰਿਚ ਹੈ, ਮੈਂ ਦੇਖਿਆ ਨਸੀਬੋ ਲਾਲ ਜੀ ਦਾ ਨਾਮ ਹੈ ਕ੍ਰੈਡਿਟਸ ਦੇ ਵਿੱਚ, ਇਹ ਕਿਵੇਂ ਹੋਇਆ, ਇਹਦੇ ਪਿੱਛੇ ਦੀ ਮੈਨੂੰ ਕਹਾਣੀ ਦੱਸੋ ਵੀ ਐਕਚੁਅਲ ਦੇ ਵਿੱਚ ਇਹਨਾਂ ਤੱਕ ਪਹੁੰਚ ਕਿੱਦਾਂ ਹੋਈ ਔਰ ਕਿਵੇਂ ਉਹਨਾਂ ਨੇ ਹਾਂ ਕੀਤੀ, ਕਿੱਦਾਂ ਦਾ ਗਾਣਾ ਹੈ ਉਹ? ਦੇਖੋ ਅਸੀਂ ਨਾ ਸੈਡ ਸੌਂਗ ਹੈਗਾ ਤਾਂ ਸਾਡੇ ਕੋਲ, ਅਸੀਂ ਦੂਜੇ ਵੀ ਸੈਡ ਸੌਂਗ ਇਹਦੇ ਗਾਈਏ, ਤੇ ਸੈਡ ਸੌਂਗ ਹੁਣ ਆਪਸ਼ਨ ਆ ਕਮਲ ਖਾਨ ਭਾਜੀ ਹੁੰਦੇ ਆ ਹਨਾ, ਜਾਂ ਬਸ ਦੋ ਤਿੰਨ ਹੀ ਆਪਸ਼ਨ ਆ ਵੀ ਉਹੀ ਗਾਉਂਦੇ ਆ ਹਨਾ, ਤੇ ਇੱਕ ਇਕਬਾਲ ਢਿੱਲੋਂ ਜੀ ਆ ਪ੍ਰੋਡਿਊਸਰ ਮੇਰੇ ਵਧੀਆ ਮਿੱਤਰ ਹੈਗੇ ਉਹ, ਜਿਨ੍ਹਾਂ ਨੇ ਜੱਟ ਜੂਣਾ ਬੋਰਡ ਪੁੱਤ ਜੱਟਾਂ ਦੇ ਬਣਾਈ ਆ ਹਨਾ, ਤੇ ਇੱਕ ਦਿਨ ਉਹ ਬੈਠੇ ਦੇ, ਉਹਨਾਂ ਨੇ ਰਾਏ ਦਿੱਤੀ, ਉਹ ਕਹਿੰਦੇ ਯਾਰ ਤੇਰਾ ਨਸੀਬੋ ਲਾਲ ਤੋਂ ਗਾ ਦਾ ਰਿਹਾ ਭਾਜੀ, ਯਾਰ ਵੀ ਨਸੀਬੋ ਲਾਲ ਤੋਂ ਹਨਾ, ਕਿਉਂਕਿ ਬਹੁਤ ਵੱਡਾ ਨਾਂ ਹੈ ਉਹਨਾਂ ਦੇ, ਬੜੇ ਗਾਣੇ ਹਿੱਟ ਹੋਏ ਆ ਨਾ ਉਹਨਾਂ ਦੀਆਂ ਫਿਲਮਾਂ 'ਚ, ਸ਼ਹੀਦ ਊਧਮ ਸਿੰਘ ਜੀ ਦਾ, ਨਸੀਬੋ ਲਾਲ ਜੀ ਦਾ, ਅਤੇ ਮੈਂ ਕਿਹਾ ਵੀ ਭਾਜੀ ਵੀ ਇਹ ਹੋ ਜਾਵੇ ਤਾਂ, ਅਤੇ ਪ੍ਰੋਡਿਊਸਰ ਨਾਲ ਗੱਲ ਹੋਈ, ਉਹ ਬੜੇ ਖੁਸ਼ ਹੋਏ, ਕਹਿੰਦੇ ਯਾਰ ਹਾਂ ਵੀ ਇੱਕ ਪਾਕਿਸਤਾਨੀ, ਕਿਉਂਕਿ ਪਾਕਿਸਤਾਨ 'ਚ ਰਿਲੀਜ਼ ਹੋ ਰਹੀ ਹੈ ਇਹ, ਉਹ ਕਹਿੰਦੇ ਵੀ ਕਿ ਚਲੋ ਪਾਕਿਸਤਾਨ 'ਚ ਰਿਲੀਜ਼ ਕਰਨੀ ਹੈ, ਜੇ ਇੱਕ ਸਿੰਗਰ ਆਉਂਦਾ ਹੈ ਨਾ ਪਾਕਿਸਤਾਨ ਦਾ ਉਹ ਵੀ ਐਡਾ ਨਾਂ ਹੈ ਵੀ ਆਪਾਂ ਕਰ ਸਕਦੇ ਹਾਂ, ਅਤੇ ਭਾਜੀ ਨੇ ਗੱਲ ਕਰੀ ਉੱਧਰ ਬਾਹਰ, ਅਤੇ ਉਹਨਾਂ ਨੂੰ ਗਾਣਾ ਭੇਜਿਆ ਗਿਆ, ਲਿਖਿਆ ਵੀ ਉੱਧਰ ਹੀ ਅਲਤਾਫ ਬਾਜਵਾ ਜੀ ਹੈਗੇ, ਲਿਖਿਆ ਵੀ ਉਹਨਾਂ ਨੇ ਅਤੇ ਨਸੀਬੋ ਜੀ ਨੇ ਗਾਇਆ ਹੈ ਨਾ, ਰਾਈਟਰ ਵੀ ਉੱਧਰ ਦੇ ਆ, ਅਤੇ ਆਰ ਗੁਰੂ ਜੀ ਨੇ ਮਿਊਜ਼ਿਕ ਕਰਿਆ ਉਹਦਾ, ਅਤੇ ਉਹ ਮਤਲਬ ਸਾਰਾ ਕੁਝ ਸਹੀ ਹੋ ਗਿਆ ਹੈ ਨਾ, ਗੱਲ ਹੋਈ ਕਹਿੰਦੇ ਵੀ ਕੋਈ ਚੱਕਰ ਨਹੀਂ ਆਪਾਂ ਕਰੂੰਗੇ, ਅਤੇ ਉਹਨਾਂ ਨੇ ਦੋ ਤਿੰਨ ਆਪਸ਼ਨਾਂ ਭੇਜੀਆਂ ਲੈ ਕੇ, ਅਤੇ ਉਹ ਜੋ ਟੇਸਟ ਹੁੰਦਾ ਹੈ ਨਾ ਪਾਕਿਸਤਾਨੀ ਜਾਂ ਆਪਾਂ ਸੁਣਦੇ ਹਾਂ ਗਾਣੇ, ਉਹ ਸੇਮ ਉੱਦਾਂ ਦੀ ਆ, ਬਸ ਖੁੱਲ ਰਿਹਾ ਨੈਕਸਟ ਵੀਕ ਉਹ ਜੀ। ਸੋ ਲੈਟਸ ਸੀ ਕਿੱਦਾਂ ਦਾ ਉਹ ਗੀਤ ਆਏਗਾ, ਜਿਹੜਾ ਕਿਹੋ ਜਿਹਾ ਜੋਨਰ ਹੋਵੇਗਾ, ਆਫਕੋਰਸ ਕਿਉਂਕਿ ਉਹਨਾਂ ਦਾ ਬਹੁਤ ਵੱਡਾ ਨਾਮ ਹੈ ਨਸੀਬੋ ਲਾਲ ਜੀ ਦਾ ਹੈ ਨਾ, ਸੋ ਐਕਸਪੈਕਟੇਸ਼ਨਸ ਵੀ ਵੱਡੀਆਂ ਨੇ ਉਹਨਾਂ ਦੀਆਂ। ਸੋ 26 ਜਨਵਰੀ ਨੂੰ ਫਿਲਮ ਵੀ ਆ ਰਹੀ ਹੈ, ਜਾਂਦੇ ਜਾਂਦੇ ਦਰਸ਼ਕਾਂ ਨੂੰ ਫਿਲਮ ਦੇ ਬਾਰੇ ਜ਼ਰੂਰ ਦੋ ਚਾਰ ਗੱਲਾਂ ਦੱਸੋ, ਦੋ ਚਾਰ ਮੇਨ ਰੀਜ਼ਨ ਦੱਸੋ ਕਿ ਕਿਉਂ ਉਹ ਸਿਨੇਮਾ ਘਰਾਂ ਦੇ ਵਿੱਚ ਜਾਣ ਫਿਲਮ ਨੂੰ ਦੇਖਣ ਲਈ। ਦੇਖੋ ਮੈਂ ਸਿਨੇਮਾ, ਦੇਖੋ ਮੈਂ ਵੀ ਫੈਮਿਲੀ ਨੂੰ ਲੈ ਕੇ ਜਾਂਦਾ, ਅਸੀਂ ਜਾਂਦੇ ਹਾਂ ਐਂਟਰਟੇਨਮੈਂਟ ਕਰਨ ਨਾ, ਵੀ ਕੁਛ ਐਂਟਰਟੇਨਮੈਂਟ ਕਰਕੇ ਜੇ ਬੰਦਾ ਘਰ ਬੈਠਾ, ਸਿੱਖਣ ਸਿਖਾਉਣ ਨੂੰ ਮੈਨੂੰ ਲੱਗਦਾ ਆਪਾਂ ਇੰਨੇ ਸਿਆਣੇ ਹੈ ਨਹੀਂ ਕਿਸੇ ਨੂੰ ਸਿਖਾਈਏ ਕੁਛ, ਹੈ ਨਾ, ਤਾਂ ਕਰਕੇ ਬਸ ਐਂਟਰਟੇਨਮੈਂਟ ਆ, ਵੀ ਆਪਣੇ ਲਾਣੇ ਨਾਲ ਜਾਓ ਅਤੇ ਦੇਖ ਕੇ ਆਓ, ਵੀ ਮਤਲਬ ਕਹਿੰਦੇ ਨਹੀਂ ਪੈਸਾ ਵਸੂਲ ਫਿਲਮ ਆ, ਵੀ ਤੁਸੀਂ ਨਿਰਾਸ਼ ਨਹੀਂ ਹੋਵੋਗੇ, ਅਤੇ ਸਾਰਿਆਂ ਨੇ ਬਹੁਤ ਵਧੀਆ ਮਿਹਨਤ ਕਰੀ, ਇੱਕ ਅਲੱਗ ਜਿਹਾ ਵਿਸ਼ਾ ਡਿਫਰੈਂਟ ਆ, ਅਤੇ ਤੁਹਾਨੂੰ ਮਜ਼ਾ ਆਊਗਾ। ਥੈਂਕ ਯੂ ਸੋ ਮਚ। ਸੋ ਉਮੀਦ ਹੈ ਕਿ ਟ੍ਰੇਲਰ ਨੂੰ ਵੇਖ ਕੇ ਪਤਾ ਲੱਗਦਾ ਪਿਆ ਫੈਮਿਲੀ ਡਰਾਮਾ ਫਿਲਮ ਹੈ, ਅਤੇ ਫੈਮਿਲੀਜ਼ ਦੇ ਨਾਲ ਜਾ ਕੇ ਤੁਸੀਂ ਵੇਖ ਸਕਦੇ ਹੋ। ਬੱਬਲ ਰਾਏ ਹੈ, ਸਾਰਾ ਗੁਰਪਾਲ, ਯਾਸਿਰ ਹੁਸੈਨ ਹੈ, ਸੋ ਅਨੀਤਾ ਦੇਵਗਨ ਹੋ ਰਹੇ ਨੇ, ਸਰਦਾਰ ਸੋਹੀ ਨੇ, ਵਧੀਆ ਵਧੀਆ ਆਰਟਿਸਟ ਦੇ ਨਾਲ ਫਿਲਮ ਆ ਰਹੀ ਹੈ 26 ਜਨਵਰੀ ਨੂੰ ਤੁਹਾਡੇ ਨੇੜੇ ਦੇ ਸਿਨੇਮਾ ਘਰਾਂ ਦੇ ਵਿੱਚ, ਤਾਜ ਹੋਰਾਂ ਵੱਲੋਂ ਲਿਖੀ ਗਈ ਹੈ, ਡਾਇਰੈਕਟ ਕੀਤੀ ਗਈ ਹੈ। ਸੋ 26 ਜਨਵਰੀ ਨੂੰ ਜ਼ਰੂਰ ਪਹੁੰਚਣਾ ਆਪਣੇ ਨੇੜੇ ਦੇ ਸਿਨੇਮਾ ਘਰਾਂ ਦੇ ਵਿੱਚ, ਅਤੇ ਫਿਲਹਾਲ ਦੇ ਲਈ ਮੈਨੂੰ ਯਾਨੀ ਸਿਮਰਨ ਹੰਸ ਨੂੰ ਦਿਓ ਇਜਾਜ਼ਤ, ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ। ਧੰਨਵਾਦ।